ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ABP ਸਾਂਝਾ ਅਤੇ ਅੱਜ ABP ਸਾਂਝਾ ਪਹੁੰਚਿਆ ਵਿਧਾਨ ਸਭਾ ਹਲਕਾ ਨਾਭਾ। ਪੰਜਾਬ ਦੇ ਵਿੱਚ ਵੋਟਿੰਗ ਹੋ ਚੁੱਕੀ ਹੈ, ਜਿਹੜੇ ਉਮੀਦਵਾਰ ਨੇ ਉਹਨਾਂ ਦੀ ਕਿਸਮਤ EVM ਦੇ ਵਿੱਚ ਕੈਦ ਹੋਈ ਹੈ, ਪਰ ਪੰਜਾਬ ਦੀ ਕਿਸਮਤ ਕੀ ਹੈ, ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ, 10 ਮਾਰਚ ਨੂੰ ਸਾਫ਼ ਹੋਵੇਗਾ। ਪਰ ਇਸ ਵਿਚਾਲੇ ਪੰਜਾਬ ਦੇ ਲੋਕਾਂ ਦੇ ਮੁੱਦੇ ਕੀ ਨੇ, ਇਸ ਵਿਧਾਨ ਸਭਾ ਹਲਕਾ ਨਾਭਾ ਦੇ ਮੁੱਦੇ ਕੀ ਨੇ, ਕਿਉਂਕਿ ਪੰਜਾਬ ਦੇ ਵਿੱਚ ਜਵਾਨੀ ਤੋਂ ਲੈ ਕੇ ਕਿਸਾਨੀ ਤੱਕ ਇਹਨਾਂ ਪੋਲੀਟੀਕਲ ਪਾਰਟੀਜ਼ ਦੇ ਵੱਲੋਂ ਵਾਅਦੇ ਕੀਤੇ ਗਏ, ਦਾਅਵੇ ਕੀਤੇ ਗਏ, ਪਰ ਉਸ ਵਾਅਦਿਆਂ ਦਾਅਵਿਆਂ ਦੇ ਦਰਮਿਆਨ ਪੰਜਾਬ ਦੇ ਲੋਕ ਕੀ ਸੋਚ ਰਹੇ ਨੇ, ਨਾਭਾ ਦੇ ਲੋਕ ਕੀ ਸੋਚ ਰਹੇ ਨੇ, ਇੱਥੋਂ ਦੇ ਕਿਸਾਨ ਕੀ ਸੋਚ ਰਹੇ ਨੇ ਅਤੇ ਇਹਨਾਂ ਦੀਆਂ ਮੰਗਾਂ ਕੀ ਨੇ, ਇਹ ਗੱਲਬਾਤ ਕਰਦੇ ਹਾਂ। ਅੱਛਾ, ਪੰਜਾਬ ਦੇ ਵਿੱਚ ਵੋਟਿੰਗ ਹੋਈ ਹੈ ਅਤੇ ਹੁਣ ਨਵੇਂ ਭਵਿੱਖ ਦੀ ਸਿਰਜਣਾ ਕੀਤੀ ਜਾ ਰਹੀ ਹੈ, ਪਰ ਇਸੇ ਦਰਮਿਆਨ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਹੜੇ ਮੁੱਦੇ ਅਹਿਮ ਮੰਨਦੇ ਹੋ ਜਿਨ੍ਹਾਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ ਪਰ ਨਹੀਂ ਹੋਈ? ਜਿਹੜੀ ਕਿਸਾਨਾਂ ਦੀ ਖੇਤੀ ਅੱਜ ਸੰਕਟ ਦੇ ਵਿੱਚ ਆ, ਇਸ ਸੰਕਟ ਦੇ ਵਿੱਚੋਂ ਕੱਢਣ ਲਈ ਕਿਸੇ ਵੀ ਉਮੀਦਵਾਰ ਨੇ, ਕਿਸੇ ਵੀ ਪਾਰਟੀ ਨੇ ਕੋਈ ਗੱਲ ਨਹੀਂ ਕੀਤੀ, ਕਿਉਂਕਿ ਸਵਾਮੀਨਾਥਨ ਰਿਪੋਰਟ ਸਾਡੀ ਕਈ ਸਾਲਾਂ ਤੋਂ ਲਟਕਦੀ ਆ ਰਹੀ ਆ, ਜਿਹਦੇ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋ ਸਕਦਾ, ਉਹਦੀ ਕਿਸੇ ਵੀ ਪਾਰਟੀ ਨੇ ਗੱਲ ਨਹੀਂ ਕੀਤੀ। ਸਾਡੇ ਨੌਜਵਾਨ ਬੇਰੁਜ਼ਗਾਰ ਫਿਰਦੇ ਨੇ, ਪੜ੍ਹੇ ਲਿਖੇ ਨੌਜਵਾਨ ਨੇ, ਉਹਨਾਂ ਦੀ ਕਿਸੇ ਨੇ ਗੱਲ ਨਹੀਂ ਕੀਤੀ। ਸਾਡੀਆਂ ਸਿਹਤ ਸਹੂਲਤਾਂ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ, ਸਾਡੀ ਵਿੱਦਿਆ ਦਾ ਕੀ ਬਣਿਆ ਇਹਦੇ ਬਾਰੇ ਗੱਲ ਨਹੀਂ ਕੀਤੀ, ਕਿਉਂਕਿ ਜਿਹੜਾ ਪੰਜਾਬ ਆ ਇਹਦੀ ਕਿਸਮਤ ਤਾਂ ਐਸੀ ਸਮਝ ਲਈਏ ਕਿ ਇਹਨਾਂ ਦੀ ਨਿਗਾਹ ਦੇ ਵਿੱਚ ਹੈ ਹੀ ਨਹੀਂ। ਅੱਜ ਪੰਜਾਬ ਦੇ ਕਿਸਾਨ, ਮਜ਼ਦੂਰ, ਨੌਜਵਾਨ, ਸਾਡੀਆਂ ਮਾਵਾਂ ਭੈਣਾਂ ਸਾਰੀ ਬੇਰੁਜ਼ਗਾਰ ਫਿਰਦੀਆਂ ਨੇ। ਸਾਡੇ ਲਈ ਇਹ ਸਰਕਾਰਾਂ ਕਿੰਨੀ ਆ ਜਾਣ, ਪਰ ਕਿਸਾਨਾਂ ਦੀ ਹਾਲਤ ਸੁਧਾਰਨ ਵਾਲੀ ਸਰਕਾਰ ਸਾਡੇ ਹਿਸਾਬ ਨਾਲ ਤਾਂ ਕੋਈ ਆਈ ਓ ਨਹੀਂ ਅਤੇ ਨਾ ਆਉਣੀ ਆ, ਕਿਉਂਕਿ ਸਾਨੂੰ ਤਾਂ ਆਪਦਾ ਜਿਹੜਾ ਹੱਕ ਆ ਉਹ ਇਕੱਠੇ ਹੋ ਕੇ ਏਕੇ ਦੀ ਤਾਕਤ ਨਾਲ ਇਹ ਲੈਣਾ ਪਵੇਗਾ। ਸਾਡੇ ਏਕੇ ਤੋਂ ਬਿਨਾਂ ਸਾਡਾ ਕੋਈ ਹੱਲ ਨਹੀਂ ਹੈ। ਇਸ ਕਰਕੇ ਅਸੀਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਆਹ ਵੋਟਾਂ ਵਾਲਿਆਂ ਦੇ ਮਾਂਗਰ ਲੱਗ ਕੇ ਆਪਾਂ ਭਾਈ ਸਾਂਝਕ ਨੂੰ ਖਰਾਬ ਨਾ ਕਰੀਏ, ਕਿਉਂਕਿ ਇਹ ਜਿਹੜੀਆਂ ਵੋਟ ਪਾਰਟੀਆਂ ਨੇ ਤੁਹਾਡੇ ਏਕੇ ਦੀ ਤਾਕਤ ਨੂੰ ਲੀਰੋ ਲੀਰ ਕਰਨ ਵਾਸਤੇ ਆਉਂਦੀਆਂ ਹੁੰਦੀਆਂ ਨੇ, ਇਹ ਤੁਹਾਨੂੰ ਇਕੱਠੇ ਹੋਣ ਤੋਂ ਅੱਡ ਅੱਡ ਕਰਨ ਵਾਸਤੇ ਇਹਨਾਂ ਨੇ ਪਾਲਿਸੀਆਂ ਬਣਾਉਣੀਆਂ ਨੇ। ਕਿਉਂਕਿ ਜੇ ਲੋਕ ਸੋਚਣ ਵੀ ਜਦੋਂ ਅਸੀਂ ਇਕੱਠੇ ਹਾਂ ਤਾਂ ਸਾਡੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲ ਸਕਦਾ, ਅਸੀਂ ਜੋ ਚਾਹਾਂਗੇ ਉਹ ਮੰਗਾਂ ਮਨਵਾ ਸਕਦੇ ਹਾਂ। ਇਸ ਕਰਕੇ ਸਾਰਿਆਂ ਨੂੰ ਅਪੀਲ ਇਹੀ ਕਰਦੇ ਹਾਂ ਵੀ ਇਕੱਠੇ ਰਹਿਣਾ ਸਿੱਖੋ, ਇਕੱਠੇ ਹੋ ਕੇ ਚੱਲਣਾ ਆਪਾਂ ਨੇ। ਇਹਨਾਂ ਸਰਕਾਰਾਂ ਨੇ ਵੋਟਾਂ ਲੈ ਕੇ 5 ਸਾਲ ਹੁਣ ਆਪਣੀ ਕੋਈ ਗੱਲ ਨਹੀਂ ਪੁੱਛਣੀ, ਆਪਾਂ ਨੂੰ ਲੱਭਣੇ ਵੀ ਨਹੀਂ। ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ, ਕਾਂਗਰਸ ਦੀ ਸਰਕਾਰ ਰਹੀ ਇਸ ਨਾਭਾ ਹਲਕੇ ਦੇ ਵਿੱਚ, ਕਿਹੜੇ ਕਿਹੜੇ ਮੁੱਦੇ ਤੁਸੀਂ ਮੰਨਦੇ ਹੋ ਵੀ ਜਿਨ੍ਹਾਂ ਦੀ ਗੱਲ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ, ਕਿਹੜੇ ਮੁੱਦੇ ਲਟਕੇ ਹੋਏ ਨੇ? ਮੁੱਦੇ ਤਾਂ ਇਸ ਤਰ੍ਹਾਂ ਹੈਗਾ ਜੀ, ਜੇ ਕਾਂਗਰਸ ਦੀ ਸਰਕਾਰ ਜਦੋਂ ਪਿਛਲੀ ਵਾਰ ਬਣੀ ਸੀਗੀ ਉਹ ਵਾਅਦਿਆਂ ਦੇ ਉੱਤੇ ਹੋਈ ਸੀਗੀ। ਘਰ ਘਰ ਨੌਕਰੀ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਵੀ ਘਰ ਘਰ ਦੇ ਵਿੱਚ ਨੌਕਰੀਆਂ, ਅਸੀਂ ਉਸਦੀ ਘਾਟ ਮਹਿਸੂਸ ਕਰਦੇ ਹਾਂ। ਅਤੇ ਇੱਕ ਕਰਜ਼ਾ ਮਾਫ਼ੀ ਦਾ ਸੀਗਾ ਜਿਹੜਾ ਕਿਸਾਨ ਦੇ ਛੋਟੇ ਕਿਸਾਨ ਸੀਗੇ, ਕਰਜ਼ਾ ਮਾਫ਼ੀ ਵਾਲੇ ਹੋਰ ਕਈ ਇੱਥੋਂ ਤੱਕ ਵੀ ਹੋਏ ਸੀ ਵੀ ਆੜ੍ਹਤੀਆਂ ਕੋਲੋਂ ਦੇ ਪੈਸੇ ਹੀ ਮਾਫ਼ ਹੋਣਗੇ। ਇਹ ਚੀਜ਼ਾਂ ਕਾਫ਼ੀ ਜਿਹੜੀਆਂ ਮਿਲ ਕੇ ਉਹ ਰਹੀਆਂ ਨੇ, ਘੱਟ ਰਹੀ ਹੈ ਇਸ ਚੀਜ਼ ਦੇ ਸਰਕਾਰ ਦੇ ਵੱਲੋਂ। ਅਤੇ ਇਹ ਜਿਹੜਾ ਹੋਰ ਨੇ ਨੌਜਵਾਨ, ਇੱਕ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਨੇ, ਉਹਨਾਂ ਨੂੰ ਨੌਕਰੀ ਦਾ ਬਹੁਤ ਅਸੀਂ ਦੇਖਦੇ ਹਾਂ ਜੇ ਲੁੱਟਾਂ ਖੋਹਾਂ ਦਾ ਆਮ ਚੱਲ ਰਹੀਆਂ ਨੇ। ਸਾਡੇ ਪਿੰਡ ਦੀ ਉਹ ਘਟਨਾ, ਕੋਈ ਬੰਦਾ ਦੁਪਹਿਰੇ 1 ਵਜੇ ਬੰਦੇ ਦੇ ਰੇਹੜੀ ਤੋਂ ਫੋਨ ਖੋਹ ਕੇ ਲੈ ਗਿਆ। ਸੋ ਨੌਜਵਾਨ ਵਿਚਾਰੇ ਵਿਹਲੇ ਨੇ, ਉਹਨਾਂ ਨੂੰ ਨੌਕਰੀ ਨਹੀਂ ਹੈਗੀ, ਇਸ ਕਰਕੇ ਉਹ ਪੁੱਠੇ ਬੇਰੁਜ਼ਗਾਰੀ ਦਾ ਵੱਡਾ ਮੁੱਦਾ ਹੈ। ਹਾਲਾਂਕਿ ਇੱਥੇ ਆਮ ਆਦਮੀ ਪਾਰਟੀ ਦੇ ਵੀ ਨੁਮਾਇੰਦੇ ਪਹੁੰਚੇ ਨੇ, ਆਮ ਆਦਮੀ ਪਾਰਟੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਤੁਸੀਂ ਵਾਅਦੇ ਬੜੇ ਕੀਤੇ ਆ ਪੰਜਾਬ ਦੇ ਲੋਕਾਂ ਦੇ ਨਾਲ, ਹਾਲਾਂਕਿ ਹੁਣ ਸਰਕਾਰ ਬਣਦੀ ਹੈ ਜਾਂ ਨਹੀਂ ਇਹ ਪੰਜਾਬ ਦੇ ਲੋਕ ਪਹਿਲਾਂ ਹੀ ਤੈਅ ਕਰ ਚੁੱਕੇ ਨੇ, ਪਰ ਜੋ ਵਾਅਦੇ ਕੀਤੇ ਉਹ ਕਿੰਨੇ ਕੁ ਪੂਰੇ ਹੋਣਗੇ? ਹਾਲਾਂਕਿ ਵਾਅਦੇ ਸਾਰੀਆਂ ਪਾਰਟੀਆਂ ਨੇ ਕੀਤੇ ਨੇ। ਪਹਿਲਾਂ ਤਾਂ ਤੁਹਾਡੀ ਸਾਰੀ ਟੀਮ ਦਾ ਨਾਭੇ ਹਲਕੇ ਦੇ ਵਿੱਚ ਅਤੇ ਖਾਸ ਕਰ ਪਿੰਡ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ, ਕਿਉਂਕਿ ਜਿਹੜੀਆਂ ਹੁਣ ਤੱਕ ਸਰਕਾਰਾਂ ਰਹੀਆਂ ਨੇ, ਜੇ ਸਾਡੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਮੁੱਦਾ ਜਿਹੜਾ ਬੇਰੁਜ਼ਗਾਰੀ ਦਾ, ਸਾਡੇ ਨੌਜਵਾਨ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਆਈਲੈਟਸ ਕਰਾ ਕੇ, ਕਿਉਂਕਿ ਸਾਡੇ ਬੱਚੇ ਪੜ੍ਹਾਈ 'ਚ ਬਹੁਤ ਕਾਬਲ ਨੇ ਅਤੇ ਸਾਡੀਆਂ ਸਰਕਾਰਾਂ ਦੀਆਂ ਨਲਾਇਕੀ ਰਹੀਆਂ ਨੇ, ਸਾਨੂੰ ਅੱਜ ਤੱਕ ਨੌਕਰੀ ਨਹੀਂ ਦਿੱਤੀ ਇਹਨਾਂ ਨੇ, ਅਤੇ ਸਾਨੂੰ ਮਜਬੂਰ ਹੋ ਕੇ ਸਾਡੇ ਬੱਚੇ ਸਾਨੂੰ ਬਾਹਰ ਭੇਜਣੇ ਪੈ ਰਹੇ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਉਹ ਬੱਚਿਆਂ ਨੂੰ ਰੋਕਾਂਗੇ ਜਿਹੜੇ ਬਾਹਰ ਜਾ ਰਹੇ ਨੇ। ਪਰ 2017 'ਚ ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਕਾਂਗਰਸ ਦੀ ਸਰਕਾਰ ਰਹੀ, ਅਕਾਲੀ ਦਲ ਨੇ ਵੀ ਹੁਣ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਬਿਆਨ ਨੇ ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਨੇ ਨੌਕਰੀ ਦਾ ਜਿਹੜਾ ਇੰਤਜ਼ਾਮ ਕਰਨ ਦਾ ਦੇ ਲਈ ਕਿਹਾ, 10 ਲੱਖ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਲਈ। ਆਮ ਆਦਮੀ ਪਾਰਟੀ ਵੀ ਬੇਰੁਜ਼ਗਾਰੀ ਦਾ ਜਿਹੜੇ ਖਿਲਾਫ਼ ਕਹਿ ਰਹੀ ਹੈ ਵੀ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ। ਸਾਰੀਆਂ ਸਿਆਸੀ ਪਾਰਟੀਆਂ ਦਾਅਵੇ ਕਰਦੀਆਂ ਨੇ, ਵਾਅਦੇ ਕਰਦੀਆਂ ਨੇ, ਪਰ ਇਹ ਬੇਰੁਜ਼ਗਾਰੀ ਜਿਹੜੀ ਹੈਗੀ ਉਹ ਖਤਮ ਕਿਉਂ ਨਹੀਂ ਹੋ ਰਹੀ ਹੈਗੀ? ਕਿਉਂਕਿ ਨੀਅਤ ਹੋਣੀ ਚਾਹੀਦੀ ਹੈ ਪਹਿਲਾਂ ਤਾਂ, ਜੇ ਨੀਅਤ ਸਾਫ਼ ਹੋਏਗੀ ਸਰਕਾਰ ਦੀ ਤਾਂ ਇਹ ਬੇਰੁਜ਼ਗਾਰੀ ਖਤਮ ਹੋ ਸਕਦੀ ਹੈ। ਕੈਪਟਨ ਸਾਹਿਬ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਇੱਥੇ ਪੁੱਛੋ ਵੀ ਕਿਸੇ ਦੇ ਬੇਟੇ ਨੂੰ ਨੌਕਰੀ ਮਿਲੀ? ਨਹੀਂ ਮਿਲੀ। ਪੂਰਨ ਕਰਜ਼ਾ ਮਾਫ਼ੀ ਦਾ ਵਾਅਦਾ ਕੀਤਾ ਸੀ, ਨਹੀਂ ਹੋਇਆ। ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਜੋ ਸਰਕਾਰ ਕੈਪਟਨ ਸਾਹਿਬ ਦੀ ਆਈ, ਉਹਨਾਂ ਨੇ ਕੋਈ ਵਾਅਦਾ ਨਹੀਂ ਕੀਤਾ।
ਸਾਡੀ ਸਰਕਾਰ ਆਮ ਪਾਰਟੀ ਸਰਕਾਰ ਬਣਦੀ ਹੈ ਤਾਂ ਜਿਹੜੇ ਵਾਅਦੇ ਸਰਕਾਰ ਨੇ ਕੀਤੇ ਨੇ ਉਹ ਬਿਲਕੁਲ ਪੂਰੇ ਹੋਣਗੇ। ਠੀਕ ਹੈ। ਅੱਛਾ, ਜਦੋਂ ਮਹਿਲਾਵਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਮਹਿਲਾਵਾਂ ਨੂੰ ਲੈ ਕੇ, ਔਰਤਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦਾਅਵੇ ਕਰਦੀਆਂ ਨੇ, ਹੁਣ ਸਰਕਾਰ ਬਣੀ ਹੈ, ਤੁਸੀਂ ਵੋਟ ਪਾਈ ਹੈ? ਹਾਂਜੀ, ਵੋਟ ਪਾਈ ਹੈ। ਅੱਛਾ, ਇਲੈਕਸ਼ਨ ਦੇ ਨਾਲ ਕੀ ਬਦਲਾਅ ਮਹਿਸੂਸ ਕਰਦੇ ਨੇ, ਵੀ ਕੀ ਬਦਲਾਏਗਾ, ਬਦਲੇਗਾ ਕੀ ਪੰਜਾਬ ਦੇ ਲੋਕਾਂ ਦੇ ਲਈ? ਵਾਅਦੇ ਤਾਂ ਜੀ ਬਹੁਤ ਕੀਤੇ ਨੇ, ਕਰ ਵੀ ਰਹੇ ਨੇ, ਪਰ ਦੇਖੋ ਕਿਸਾਨ ਮਜ਼ਦੂਰ ਅਸੀਂ ਇੱਕ ਹਾਂ, ਸਾਰੇ ਇੱਕ ਹਾਂ। ਪਰ ਮਨਰੇਗਾ ਨੂੰ ਲੈ ਕੇ 5-5 ਏਕੜ ਵਾਲੇ ਕਿਸਾਨਾਂ ਨੂੰ ਵੀ ਇਹ ਮਨਰੇਗਾ ਵਿੱਚ ਅਧਿਕਾਰ ਆ ਕੰਮ ਕਰਨ ਦਾ, ਜਦਕਿ ਮਨਰੇਗਾ 'ਚ 5 ਏਕੜ ਵਾਲੇ ਕਿਸਾਨਾਂ ਦੇ ਤਾਂ ਹਾਲੇ ਤੱਕ ਜੋਬ ਕਾਰਟ ਨਹੀਂ ਬਣੇ ਹੈਗੇ ਉਹਨਾਂ ਦੇ। ਜਦਕਿ ਇਹਨਾਂ ਨੂੰ ਇਹੀ ਪੁੱਛਿਆ ਜਾਵੇ ਕਿ 2005 ਦਾ ਐਕਟ ਜਿਹੜਾ ਸ਼ੁਰੂ ਹੋਇਆ ਹੈ ਮਨਰੇਗਾ ਦਾ, ਅਗਰ ਇਹੀ ਮਨਰੇਗਾ ਹੀ ਲਾਗੂ ਹੋ ਗਈ ਤਾਂ ਆਪਣਾ ਪੰਜਾਬ ਵੀ ਬਚੂਗਾ, ਕਿਉਂਕਿ ਰੁੱਖ ਲਗਾਏ ਜਾਣਗੇ ਮਨਰੇਗਾ ਵਿੱਚ, ਵੱਧ ਤੋਂ ਵੱਧ ਰੁੱਖ ਲਗਾਏ ਜਾਏ, ਅਤੇ ਪਾਣੀ ਦੀ ਵੀ ਬਹੁਤ ਜ਼ਿਆਦਾ ਘਾਟ ਪੈ ਰਹੀ ਹੈ, ਪਾਣੀ ਮੰਨ ਵੀ ਪੰਜਾਬ 'ਚ ਪਾਣੀ ਖਤਮ ਹੋਣ ਦੀ ਸਥਿਤੀ 'ਚ ਆ। ਅਗਰ ਮਨਰੇਗਾ ਲਾਗੂ ਹੋ ਰਹੀ ਆ ਤਾਂ ਕਿਸਾਨਾਂ ਨੂੰ ਵੀ, ਮਜ਼ਦੂਰਾਂ ਨੂੰ ਵੀ ਫਾਇਦਾ ਤਾਂ ਦੇਖੋ ਪੰਜਾਬ ਨੂੰ ਹੀ ਹੈ ਇਹਦੇ ਵਿੱਚ, ਪਰ ਨਹੀਂ, ਸਰਕਾਰਾਂ ਨੇ ਵਾਅਦੇ ਬਹੁਤ ਕੀਤੇ ਨੇ ਪਰ ਝੂਠੇ ਲਾ ਰਹੇ ਨੇ ਇਹਨਾਂ ਦੇ। ਦੇਖੋ ਕਿਸਾਨ ਮਜ਼ਦੂਰ ਇੱਕ ਹੋ ਕੇ ਜੇ ਆਪਾਂ ਇਕਜੁੱਟ ਹੋ ਕੇ ਕੰਮ ਕਰਾਂਗੇ ਤਾਂ ਆਪਾਂ ਆਪਦੀ ਪੰਜਾਬ ਨੂੰ ਬਿਹਤਰ ਬਣਾ ਸਕਦੇ ਹਾਂ, ਅਤੇ ਕੁੜੀਆਂ ਮੁੰਡੇ ਨੂੰ ਬਾਹਰ ਜਾਣ ਤੋਂ ਰੋਕ ਸਕਦੇ ਹਾਂ। ਜੇ ਇੱਥੇ ਰੁਜ਼ਗਾਰ ਮਿਲ ਗਿਆ, ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲ ਗਿਆ ਤਾਂ ਬਾਹਰ ਜਾਣ ਦੀ ਲੋੜ ਨਹੀਂ। ਆਪਾਂ ਗੁਰਦੁਆਰਿਆਂ 'ਚ ਅਰਦਾਸਾਂ ਕਰ ਰਹੇ ਹਾਂ ਵੀ ਸਾਡਾ ਬੱਚਾ ਬਾਹਰ ਜਾ ਰਿਹਾ, ਕਿਉਂ ਅਰਦਾਸਾਂ ਕਰ ਰਹੇ ਹਾਂ ਆਪਾਂ ਬਾਹਰ ਭੇਜਣ ਦੀ ਅਰਦਾਸਾਂ ਕਿ ਮੁੜ ਕੇ ਇੱਧਰ ਆਵੀ ਨਾ, ਕਿਉਂ ਨਾ ਆਵੇ? ਆਪਾਂ ਨੂੰ ਇੱਥੇ ਜੋਬ, ਜਦ ਆਪਾਂ ਨੂੰ ਰੁਜ਼ਗਾਰ ਇੱਥੇ ਮਿਲੂਗਾ, ਆਪਾਂ ਨੂੰ ਜੋਬ ਇੱਥੇ ਮਿਲੂਗੀ ਤਾਂ ਆਪਾਂ ਆਪਣੇ ਬੱਚੇ ਸਾਹਮਣੇ ਰਹਿਣਗੇ ਅਤੇ ਆਪਣੇ ਪੰਜਾਬ ਨੂੰ ਭਵਿੱਖ ਵਧੀਆ ਬਣਾ ਸਕਦੇ। ਪੰਜਾਬ ਦੇ ਭਵਿੱਖ ਦੀ ਜਦੋਂ ਗੱਲ ਕਰਦੇ ਹਾਂ, ਅੱਧੀ ਆਬਾਦੀ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਵੀ ਗੱਲ ਹੁੰਦੀ ਹੈ। ਕਿਸਾਨ ਯੂਨੀਅਨ ਦੇ ਨਾਲ ਸੰਬੰਧਿਤ ਰੱਖਦੇ ਹੋ ਅਤੇ ਔਰਤ ਵੀ ਹੋ, ਪੰਜਾਬ ਦੇ ਵਿੱਚ ਔਰਤਾਂ ਦੇ ਲਈ ਜਾਂ ਮਹਿਲਾਵਾਂ ਦੇ ਲਈ ਕਿਹੜੇ ਕਦਮ ਤੁਹਾਨੂੰ ਲੱਗਦੇ ਨੇ ਵੀ ਚੁੱਕਣੇ ਚਾਹੀਦੇ ਨੇ? ਵੀਰ ਜੀ, ਸਾਨੂੰ ਤਾਂ ਪਹਿਲਾਂ ਇਹ ਸਰਕਾਰਾਂ 74 ਸਾਲ ਦੀਆਂ ਆ ਰਹੀਆਂ ਨੇ, ਇਹ ਸਾਨੂੰ ਕੋਈ ਪਸੰਦ ਨਹੀਂ ਹੈਗੀਆਂ, ਇਹ ਸਾਨੂੰ ਐਂ ਨਹੀਂ ਪਸੰਦ ਹੈਗੀਆਂ, ਜਾਂ ਸਾਡੇ ਵਾਅਦੇ ਪੂਰੇ ਪਹਿਲੇ ਕਰੇ ਹੋਏ ਵਾਅਦੇ ਨਹੀਂ ਪੂਰੇ ਕਰੇ, ਸਾਨੂੰ ਇਹ ਤਾਂ ਨਹੀਂ ਪਸੰਦ। ਮਹਿੰਗਾਈ 19 ਪਈ ਹੈ, ਅੱਛਾ ਕਰਜ਼ੇ ਕਹਿੰਦੇ ਤਾਂ ਮਾਫ਼ ਕਰਾਂਗੇ, ਕਰਜ਼ੇ ਨਹੀਂ ਮਾਫ਼ ਕਰੇ, ਕੋਈ ਗੱਲ 'ਤੇ ਪੂਰ ਨਹੀਂ ਉਤਰੇ। ਜਿਹੜਾ ਕੋਈ ਸਾਡੇ ਨਾਲ, ਜਿਹੜੀ ਸਰਕਾਰ ਸਾਡੇ ਵਾਅਦੇ ਪੂਰੇ ਕਰੂਗੀ, ਸਾਨੂੰ ਉਹ ਚੰਗੀ ਲੱਗੂ, ਨਹੀਂ ਸਾਨੂੰ ਕੋਈ ਸਰਕਾਰ ਪਸੰਦ ਨਹੀਂ। ਵਾਅਦਿਆਂ ਦੀ ਗੱਲ ਹੁੰਦੀ ਹੈ, ਅੱਛਾ ਪੰਜਾਬ ਦੇ ਵਿੱਚ ਜਦੋਂ ਵਾਅਦਿਆਂ ਦੀ ਗੱਲ ਚੱਲਦੀ ਤਾਂ ਸਾਰੀਆਂ ਸਿਆਸੀ ਪਾਰਟੀਆਂ ਤੁਹਾਡੇ ਨਾਲ ਵਾਅਦਾ ਕਰਦੀਆਂ ਨੇ, ਖਾਸ ਕਰਕੇ ਕਿਸਾਨਾਂ ਦੇ ਨਾਲ। ਤੁਹਾਨੂੰ ਲੱਗਦਾ ਹੈ ਕਿਸਾਨਾਂ ਨੂੰ ਲੈ ਕੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਇਸ ਵਾਰ ਚੋਣ ਮੈਦਾਨ ਦੇ ਵਿੱਚ ਸੀਗੀਆਂ, ਉਹਨਾਂ ਦੇ ਵੱਲੋਂ ਕਿਸਾਨਾਂ ਦੀ ਗੱਲ ਕੀਤੀ ਗਈ ਹੈ ਜਾਂ ਵਾਅਦੇ ਪੂਰੇ ਹੋਣ ਦੀ ਹੁਣ ਸਰਕਾਰ ਬਣਨ 'ਤੇ ਉਮੀਦ ਹੈ ਕੋਈ? ਸਰਕਾਰਾਂ ਕੋਈ ਸਭ ਝੂਠੀਆਂ ਨੇ ਜੀ, ਕਿਸਾਨਾਂ ਨਾਲ ਕੋਈ ਨਹੀਂ ਖੜਦਾ, ਸਿਰਫ ਕਿਸਾਨ ਆਪਦਾ ਹੱਕ ਆਪ ਲੜ ਕੇ ਹੀ ਲੈ ਸਕਦੇ ਨੇ। ਹੱਕ ਲੜ ਕੇ ਲੈਣ ਦੀ ਗੱਲ ਕੀਤੀ ਹੈ, ਅਕਾਲੀ ਦਲ ਦੀ ਸਰਕਾਰ ਰਹੀ 10 ਸਾਲ ਪੰਜਾਬ ਦੇ ਵਿੱਚ, ਕਿਹੜੇ ਕੰਮ ਤੁਹਾਨੂੰ ਲੱਗਦੇ ਨੇ ਵੀ ਅਕਾਲੀ ਦਲ ਨੇ ਉਹ ਕੰਮ ਕੀਤੇ ਜਾਂ ਪੰਜਾਬ ਦੇ ਉਹ ਮੁੱਦੇ ਚੁੱਕੇ ਜਿਹੜੇ ਅੱਜ ਤੱਕ ਨਹੀਂ ਚੁੱਕੇ ਗਏ? ਬਾਈ ਜੀ, ਸਾਰੇ ਕੰਮ ਜਿੰਨੇ ਵੀ ਹੋਏ ਨੇ ਅਕਾਲੀ ਦਲ ਦੀ ਸਰਕਾਰ 'ਚ ਹੋਏ, ਜਿੰਨੇ ਰੋਡ ਬਣੇ ਨੇ ਅਕਾਲੀ ਦਲ ਦੀ ਸਰਕਾਰ 'ਚ, ਆਟਾ ਦਾਲ ਸਕੀਮ, ਓਵਰ ਬ੍ਰਿਜ, ਜਿੰਨੀਆਂ ਵੀ ਫੈਸਿਲਿਟੀਆਂ ਦਿੱਤੀਆਂ ਨੇ ਕਾਂਗਰਸ ਸਰਕਾਰ, ਮੈਨੂੰ 5 ਸਾਲਾਂ 'ਚ ਦੱਸ ਦੇਵੇ ਇੱਕ ਵੀ ਕਾਲਜ, ਇੱਕ ਵੀ ਯੂਨੀਵਰਸਿਟੀ ਕੋਈ ਪੰਜਾਬ 'ਚ ਲਿਆਂਦੀ ਹੋਵੇ ਇਹਨਾਂ ਨੇ। ਇਹਨਾਂ ਦਾ ਆਪਸ 'ਚ ਕਾਟੋ ਕਲੇਸ਼ ਹੀ ਨਹੀਂ ਮੁੱਕਦਾ, ਸਿੱਧੂ ਪ੍ਰਧਾਨ ਹੋ ਕੇ ਮੁੱਖ ਮੰਤਰੀ ਦੇ ਖਿਲਾਫ ਇਹ ਬਿਆਨ ਲਾਈ ਜਾਂਦਾ। ਸੋ ਜਿੰਨਾ ਵੀ ਦੇਣਾ ਅਕਾਲੀ ਦਲ ਦੀ ਸਰਕਾਰ ਦੀ ਦੇਣਾ। ਜੇ ਹੁਣ ਇੱਕ ਹਾਈਪੋਥੈਟੀਕਲ ਕੁਐਸਚਨ ਹੈ, ਜੇ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਲੋਕਾਂ ਦੇ ਲਈ ਕੀ ਹੈ, ਕਿਸਾਨਾਂ ਦੇ ਲਈ ਕੀ ਕੁਝ ਹੋਏਗਾ ਤੁਹਾਡੇ ਕੋਲ? ਉਹ ਤਾਂ ਜੀ ਦੇਖੋ, ਬਾਦਲ ਸਾਹਿਬ ਨੇ ਜਿਹੜਾ ਮੈਨੀਫੈਸਟੋ ਰਿਲੀਜ਼ ਕੀਤਾ, ਉਹਦੇ 'ਚ ਦੱਸੀਆਂ ਗਈਆਂ ਨੇ ਸਾਰੀਆਂ ਗੱਲਾਂ, ਵੀ ਮੁੰਡਿਆਂ ਨੂੰ ਵੱਧ ਤੋਂ ਵੱਧ ਲੋਨ ਦਿੱਤੇ ਜਾਣਗੇ ਪੜ੍ਹਾਈ ਲਈ, ਬਾਕੀ ਜਿਹੜੇ ਵੀ ਆਪਣੇ ਕਾਲਜ ਨੇ ਯੂਨੀਵਰਸਿਟੀਆਂ ਨੇ ਜਿਵੇਂ ਪਹਿਲਾਂ ਲਿਆਉਂਦੇ ਸੀ ਪੰਜਾਬ 'ਚ, ਉੱਦਾਂ ਹੀ ਹੋਰ ਬਣਾਏ ਜਾਣਗੇ। ਅੱਛਾ, ਤੁਹਾਡੇ ਜਿਹੜੇ ਪੋਸਟਰ ਲੱਗਦੇ ਨੇ ਉਹਨਾਂ ਦੇ ਵਿੱਚ ਕਿਹਾ, ਕਹਿੰਦੇ ਜੋ ਕਿਹਾ ਉਹ ਕਰਕੇ ਦਿਖਾਇਆ, ਜੋ ਕਹਾਂਗੇ ਉਹ ਕਰਾਂਗੇ, ਕਰਿਆ ਕੀ ਹੈ ਅਤੇ ਕੀ ਕਰੋਗੇ? ਦੇਖੋ ਬਾਈ ਜੀ, ਜਿੰਨੇ ਟਿਊਬਵੈੱਲ ਕਨੈਕਸ਼ਨ ਦਿੱਤੇ ਨੇ ਸਾਰੇ ਪੰਜਾਬ ਦੇ ਵਿੱਚ, ਖੁਦ ਸਾਡੇ ਪਿੰਡ ਦੇ ਵਿੱਚ ਹੀ 5-7 ਕਨੈਕਸ਼ਨ ਸੀ ਬਾਦਲ ਸਰਕਾਰ ਵੇਲੇ ਲਿਆਉਂਦੇ, ਔਰ ਇਕੱਲੀ ਇਕੱਲੀ ਮੋਟਰ 'ਤੇ ਟਰਾਂਸਫਾਰਮ ਧਰਵਾਇਆ, ਠੀਕ ਹੈ ਜੀ, ਬਿਜਲੀ ਦੇ ਬਿੱਲ ਮਾਫ਼, ਔਰ ਹਰ ਇੱਕ ਪਿੰਡ ਦੇ ਵਿੱਚ ਪੱਕੀਆਂ ਮੰਡੀਆਂ, ਠੀਕ ਹੈ ਜੀ, ਹਰ ਇੱਕ ਪਿੰਡ ਦੇ ਵਿੱਚ ਪੱਕੀਆਂ ਮੰਡੀਆਂ ਬਣਾਈਆਂ ਗਈਆਂ ਸਾਡੀ ਸਰਕਾਰ ਵੱਲੋਂ, ਔਰ ਪਾਣੀ ਵਾਲੀਆਂ ਟੈਂਕੀਆਂ, ਪਾਣੀ ਵਾਲੀਆਂ ਟੈਂਕੀਆਂ ਬਣਾ ਦਿੱਤੀਆਂ, ਕਹਿੰਦੇ ਪੰਜਾਬ ਦਾ ਵਿਕਾਸ ਕੀਤਾ ਹੈ। ਅੱਛਾ, ਕਾਂਗਰਸ ਪਾਰਟੀ ਦੇ ਉੱਤੇ ਇਲਜ਼ਾਮ ਲੱਗੇ, ਕਹਿੰਦੇ ਕੀਤਾ ਕੁਛ ਨਹੀਂ, ਅਕਾਲੀ ਦਲ ਕਹਿੰਦਾ ਪੰਜਾਬ ਦਾ ਵਿਕਾਸ ਅਕਾਲੀ ਦਲ ਨੇ ਕੀਤਾ ਹੈ, ਆਮ ਆਦਮੀ ਪਾਰਟੀ ਦਿੱਲੀ ਮਾਡਲ ਦਾ ਜਿਹੜਾ ਦਾਅਵਾ ਕਰਦੀ ਹੈ, ਸਰਕਾਰ ਬਣਨ 'ਤੇ ਦਿੱਲੀ ਮਾਡਲ ਦੇ ਅਜਿਹੇ ਕਿਹੜੇ ਫੈਕਟ ਨੇ ਜਿਹੜੇ ਪੰਜਾਬ 'ਚ ਲਾਗੂ ਹੋਣਗੇ ਜੇ ਬਣਦੀ ਹੈ ਤਾਂ ਹਾਈਪੋਥੈਟੀਕਲੀ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਵਾਂ, ਜਦੋਂ ਕਿਸਾਨੀ ਦੀ ਗੱਲ ਆਉਂਦੀ ਹੈ, ਕਿਸਾਨੀ ਦੀ ਗੱਲ ਆਉਂਦੀ ਹੈ ਤਾਂ ਭਗਵੰਤ ਮਾਨ ਸਾਹਿਬ ਨੇ ਇਕੱਲੇ ਸੀਗੇ ਪਾਰਲੀਮੈਂਟ ਮੈਂਬਰ MP ਸੀਗੇ ਪੰਜਾਬ ਦੇ, ਜਿਨ੍ਹਾਂ ਨੇ ਸਭ ਤੋਂ ਵੱਧ ਕਿਸਾਨੀ ਵਾਸਤੇ ਆਵਾਜ਼ ਪਾਰਲੀਮੈਂਟ ਦੇ ਵਿੱਚ ਉਠਾਈ ਹੈ, ਅਤੇ ਪੂਰਾ ਪੰਜਾਬ ਦੇਖ ਰਿਹਾ ਸੀ, ਹੋਰ ਕੋਈ ਵੀ MP ਪਾਰਲੀਮੈਂਟ ਦੇ ਵਿੱਚ ਆਵਾਜ਼ ਨਹੀਂ, ਸਾਰੇ ਚੁੱਪ ਸੀਗੇ।
ਇਕੱਲੇ ਭਗਵੰਤ ਮਾਨ ਸਾਹਿਬ ਨੇ ਵੱਧ ਤੋਂ ਵੱਧ ਆਵਾਜ਼ ਉਠਾਈ ਅਤੇ ਹੱਕਾਂ ਲਈ ਲੜਦੇ ਰਹੇ, ਚਾਹੇ ਉਹ ਮਜ਼ਦੂਰਾਂ ਦੇ ਹੱਕ ਨੇ, ਕਿਸਾਨਾਂ ਦੇ ਹੱਕ ਨੇ। ਹੁਣ ਪਿੱਛੇ ਬਰਸਾਤਾਂ ਹੋਈਆਂ ਜੀ, ਉੱਥੇ ਆਲੂਆਂ ਦੀ ਫਸਲਾਂ ਦਾ, ਉੱਥੇ ਨਾਭੇ ਹਲਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ, ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਕੁਛ ਨਹੀਂ। ਗਰੀਬ ਮਜ਼ਦੂਰ ਸਾਰਿਆਂ ਨੂੰ ਅੱਜ ਬਰਸੀਨ ਦੀ ਪ੍ਰੋਬਲਮ, ਅੱਜ ਤੂੜੀ ਦੀ 800 ਰੁਪਏ ਤੂੜੀ ਦਾ ਰੇਟ ਹੈ। ਦੱਸੋ ਜੀ, ਇੱਕ ਮਜ਼ਦੂਰ ਜਿਹਨੇ ਡੰਗਰ ਰੱਖੇ ਹੋਏ ਨੇ, ਉਹ ਕਿੱਥੋਂ ਲੈ ਕੇ 800 ਰੁਪਏ ਕੁਇੰਟਲ ਤੂੜੀ ਲੈ ਕੇ ਖਰੀਦ ਕੇ ਆਪਦੇ ਪਸ਼ੂਆਂ ਨੂੰ ਪਾ ਲੂ? ਇਹ ਸਾਰਾ ਕੁਛ ਜਿਹੜਾ ਹੈ, ਕਾਂਗਰਸ ਪਾਰਟੀ ਨੇ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਜਿੰਨੇ ਕਿਸਾਨੀ ਦੇ ਵਾਅਦੇ ਸੀਗੇ, ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਸੀ, ਭਗਵੰਤ ਮਾਨ ਉਠਾਉਂਦੇ ਰਹੇ ਨੇ ਜੀ। ਇੱਥੋਂ ਸਾਡੇ ਗੁਰਦੇਵ ਸਿੰਘ ਦੇਵ ਮਾਨ ਆਪ ਖੇਤਾਂ ਦੇ ਵਿੱਚ ਜਾ ਕੇ ਆਲੂਆਂ ਦੀ ਫਸਲਾਂ ਦਾ ਲਗਾਤਾਰ ਉਹਨਾਂ ਦੇ ਬਰਬਾਦੀ ਦਾ ਦਿਖਾ ਰਹੇ ਸੀਗੇ, ਵੀ ਕਿੰਨੇ ਕਿਸੇ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਜੀ। ਅੱਛਾ ਬਾਈ ਜੀ, ਤੁਹਾਡੀ ਕੀ ਸਮੱਸਿਆ? ਸਾਡੀ ਰਾਸ਼ਨ ਕੱਢਤੀ ਹੈ, ਨਾ ਸਾਨੂੰ ਰਾਸ਼ਨ ਮਿਲਦਾ, 13 ਸਾਲ ਹੋ ਗਏ, ਨਾ ਸਾਨੂੰ ਮਿਲੇ ਨੇ ਪਲਾਟ, ਠੀਕ ਹੈ ਜੀ, ਇਹ ਨਾ ਕੱਚੇ ਘਰਾਂ ਦੇ ਪੈਸੇ ਮਿਲੇ ਨੇ। ਪਰ ਚਰਨਜੀਤ ਸਿੰਘ ਚੰਨੀ ਕਹਿੰਦੇ ਰਹੇ ਨੇ, ਕਹਿੰਦੇ ਗਰੀਬਾਂ ਦੀ ਸਰਕਾਰ ਬਣੀ, ਗਰੀਬਾਂ ਦੀ ਸੁਣੀ ਜਾ ਰਹੀ ਹੈ, ਪਰ 111 ਦਿਨਾਂ ਦਾ ਕਾਰਜਕਾਲ, ਉਹਨਾਂ ਨੇ ਸਵਾਲ ਚੁੱਕੇ ਨਾ ਰਾਸ਼ਨ ਮਿਲਦਾ। ਅੱਛਾ, ਕਿਸਾਨੀ ਦੇ ਲਈ ਜੋ ਵਾਅਦੇ ਕੀਤੇ ਜਾਂ ਇਸ ਹਲਕੇ ਦੀਆਂ, ਜੇਕਰ ਕਿਸਾਨੀ ਦੀਆਂ ਸਮੱਸਿਆਵਾਂ ਜਾਣੀਏ ਤਾਂ ਕਿਹੜੀਆਂ ਮੁੱਖ ਸਮੱਸਿਆਵਾਂ ਨੇ ਜਿਹੜੀਆਂ ਪਿਛਲੇ 70 ਸਾਲ ਤੋਂ ਜਾਂ ਅਟਕੀਆਂ ਹੋਈਆਂ ਨੇ, ਜਿਨ੍ਹਾਂ ਦੇ ਉੱਤੇ ਗੱਲ ਨਹੀਂ ਹੋ ਰਹੀ ਕਿਸਾਨਾਂ ਨੂੰ ਲੈ ਕੇ? ਦੇਖੋ ਜੀ, ਇੱਕ ਤਾਂ ਸਵਾਮੀਨਾਥਨ ਰਿਪੋਰਟ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਲਾਗੂ ਕਰਾਂਗੇ, ਨਾ ਅਕਾਲੀਆਂ ਨੇ ਕਰੀ ਹੈ ਇਹ, ਨਾ ਕਾਂਗਰਸ ਨੇ ਕਰੀ ਹੈ। ਜਿੰਨਾ ਚਿਰ ਇਹ ਲਾਗੂ ਨਹੀਂ ਹੁੰਦੀ ਉਨਾ ਚਿਰ ਕਿਸਾਨਾਂ ਦਾ ਕੋਈ ਹੱਲ ਨਹੀਂ ਹੁੰਦਾ, ਜਿੰਨਾ MSP ਜਿੰਨਾ ਚਿਰ ਲਾਗੂ ਨਹੀਂ ਹੁੰਦੀ ਸਾਰੀਆਂ ਫਸਲਾਂ 'ਤੇ, ਉਨਾ ਚਿਰ ਕਿਸਾਨ ਦਾ ਕੋਈ ਹੱਲ ਨਹੀਂ ਹੋਊਗਾ ਜੀ। ਠੀਕ ਹੈ, ਕਿਸਾਨੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੱਲ ਕੀਤੀ ਹੈ, ਅਸੀਂ ਇਸ ਹਲਕੇ ਦੀਆਂ ਜੇਕਰ ਸਮੱਸਿਆਵਾਂ ਦੀ ਗੱਲ ਕਰੀਏ, ਕਿ ਤੁਸੀਂ ਵੋਟ ਪੋਲ ਕੀਤੀ ਹੈ, ਵੋਟ ਪਾਉਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਵੀ ਕਿਹੜੀਆਂ ਸਮੱਸਿਆਵਾਂ ਤੁਹਾਡੀਆਂ ਜਿਹੜੀਆਂ ਪਿਛਲੇ ਕਈ ਸਾਲਾਂ ਤੋਂ ਅਟਕੀਆਂ ਹੋਈਆਂ ਸਨ ਉਹ ਹੱਲ ਹੋਣਗੀਆਂ ਇਸ ਹਲਕੇ ਦੀਆਂ ਜੇਕਰ ਗੱਲ ਕਰੀਏ? ਦੇਖੋ ਜੀ, ਇੱਕ ਤਾਂ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੀ ਗੱਲ ਜਿਹੜੀ ਕੈਪਟਨ ਸਰਕਾਰ ਨੇ ਕੀਤੀ ਸੀ ਉਹ ਵੀ ਪੂਰੀ ਨਹੀਂ ਕੀਤੀ ਗਈ ਜੀ, ਅਤੇ ਬਾਕੀ ਜਿਵੇਂ ਉਸ ਤਰ੍ਹਾਂ ਕਿਹਾ ਸੀ ਪੰਜਾਬ ਨਸ਼ਾ ਮੁਕਤ ਕੀਤਾ ਜਾਵੇਗਾ ਜੀ, ਉਹ ਵੀ ਨਹੀਂ ਕੀਤਾ ਗਿਆ, ਅਤੇ ਬਾਕੀ ਘਰ ਘਰ ਵਿੱਚ ਨੌਕਰੀ ਪੱਕੀ ਕਿਹਾ ਉਹ ਵੀ ਨਹੀਂ ਕੀਤੀ ਗਈ ਜੀ। ਅੱਛਾ, ਵਾਅਦੇ ਕਾਂਗਰਸ ਪਾਰਟੀ ਦੇ ਵੱਲੋਂ ਬੜੇ ਕੀਤੇ ਗਏ, ਅੱਛਾ ਹੁਣ ਸਰਕਾਰ ਦੀ ਦੁਬਾਰਾ ਕਹਿੰਦੇ ਅਸੀਂ ਰਿਪੀਟ ਕਰਨੀ ਹੈ, ਹਾਲਾਂਕਿ ਇਲੈਕਸ਼ਨ EVM ਦੇ ਵਿੱਚ ਤੁਹਾਡੀ ਜਿਹੜੀ ਹੈ ਉਹ ਰਿਪੋਰਟ ਪੰਜਾਬ ਦੇ ਲੋਕਾਂ ਨੇ ਦਰਜ ਕਰ ਦਿੱਤੀ ਹੈ, ਪਰ ਕਿਹੜੇ ਤੁਹਾਨੂੰ ਲੱਗਦੇ ਨੇ ਵੀ ਇਸ ਹਲਕੇ ਦੇ ਮੁੱਦੇ ਜੇਕਰ ਸਰਕਾਰ ਰਿਪੀਟ ਕਰਦੀ ਹੈ ਤੁਸੀਂ ਹੱਲ ਕਰੋਗੇ ਜਿਹੜੇ ਰਹਿ ਗਏ? ਪਹਿਲਾਂ ਵੀ ਕਰੇ ਨੇ ਜੀ, ਕਰਜ਼ਾ ਸਾਡੇ ਪਿੰਡ ਦੇ ਵਿੱਚ 5 ਕਰੋੜ ਮਾਫ਼ ਹੋ ਗਿਆ, 5 ਕਰੋੜ ਮਾਫ਼ ਹੋਇਆ, ਉਹ ਇਹਨਾਂ ਬੰਦਿਆਂ ਦੀ ਹੋਇਆ ਜਿਹੜੇ ਕਹਿੰਦੇ ਨੇ ਹੁਣ 1.5 ਕਰੋੜ ਰੁਪਈਆ ਸਾਡਾ ਟੈਂਕੀ ਦਾ ਮਾਫ਼ ਹੋ ਗਿਆ, ਸਾਰਿਆਂ ਨੂੰ 500 ਕਾਰਡ ਮੈਂ ਕਰਾਤਾ ਆਪਣੇ ਆਟਾ ਦਾਲ ਦਾ, ਪਿਲਸਣਾ 500 ਲਵਾਤੀ, ਹੋਰ ਦੱਸੋ ਕੀ ਕਾਹਦੀ? ਠੀਕ ਹੈ, ਜੋ ਤੁਸੀਂ ਕਰ ਦਿੱਤਾ ਚਲੋ ਠੀਕ ਹੈ, ਹੁਣ ਅਗਲੀ ਟਰਮ ਦੇ ਲਈ ਤੁਹਾਡੀ ਤੁਹਾਡੇ ਕੋਲ ਕੀ ਪਾਲਿਸੀ? ਚੱਕਾਂਗੇ ਫੱਟੇ, ਕੋਈ ਗੱਲ ਨਹੀਂ, ਕੋਈ ਪਰਵਾਹ ਨਹੀਂ ਹੈ। ਕਿਸਾਨਾਂ ਦੇ ਲਈ ਕੀ ਹੈ? ਕਿਸਾਨਾਂ ਦੇ ਲਈ ਫੱਟੇ ਵੀ, ਕਿਸਾਨਾਂ ਦੇ ਵੀ ਸਭ ਕੁਝ ਕਰਾਂਗੇ ਜੀ, ਕੋਈ ਇੱਕ ਦੋ ਵਾਅਦੇ ਤੁਸੀਂ ਦੱਸ ਸਕਦੇ ਹੋ ਤੁਹਾਡੀ ਸਰਕਾਰ ਦੇ ਕੋਈ ਏਜੰਡਾ ਹੋਣਗੇ? ਉਹ ਕਰਾਂਗੇ, ਪੂਰੇ ਕਰਾਂਗੇ, ਇਹੋ ਜਿਹੀ ਗੱਲ ਹੀ ਹੈ। ਅੱਛਾ, ਇਸ ਹਲਕੇ ਦੇ ਸਮੱਸਿਆਵਾਂ ਦੀ ਗੱਲ ਕਰੀਏ, ਕਿਹੜੀਆਂ ਨਾਭੇ ਦੀਆਂ ਸਮੱਸਿਆਵਾਂ ਕਿਹੜੀਆਂ ਮੰਨਦੇ ਹੋ ਮੁੱਖ? ਕੋਈ ਸਮੱਸਿਆ ਨਹੀਂ ਜੀ, ਬਥੇਰਾ ਕੰਮ ਕਰਿਆ ਮੈਂ, ਸਿਰੇ ਤੋਂ ਲਾ ਕੇ ਸਾਰੇ ਪਿੰਡ 'ਚ ਗੇੜਾ ਦੇ ਲਓ, ਕੋਈ ਨਾਭੇ ਦੀ ਜਦੋਂ ਗੱਲ ਕਰ, ਪਰਮਾਤਮਾ ਨੂੰ ਜਾਣ ਕੇ ਵੀ ਮੈਂ ਕੰਮ ਕੀ ਨਹੀਂ ਕਰਿਆ। ਨਾਭੇ ਦੇ ਵਿੱਚ ਕੀ ਆਪਾਂ ਜਿਹੜੇ ਗੇਟ ਬਣਾਤੇ ਇਹਨੂੰ ਵਿਕਾਸ ਕਹਿੰਦੇ ਹਾਂ? ਨਾਭੇ ਦੇ ਵਿੱਚ ਇੱਕ ਵੀ ਵੈਂਟੀਲੇਟਰ ਨਹੀਂ ਹੈਗਾ, ਅਲਟਰਾਸਾਊਂਡ ਮਸ਼ੀਨ ਨਹੀਂ ਹੈਗੀ, ਹੈਲਥ ਦੀ ਪੂਰੀ ਸਮੱਸਿਆ ਇੱਥੇ। ਇਹ ਤਾਂ ਗੇਟ ਬਣਾ ਕੇ ਕਹਿੰਦੇ ਵਿਕਾਸ ਨਾਲ, ਜਿਹੜੇ ਗੇਟ ਨੇ ਉਹਦੇ ਸਾਹਮਣੇ ਜਾ ਕੇ ਵੇਖੋ, ਹਰੇਕ ਗੇਟ ਦੇ ਅੱਗੇ ਪਾਣੀ ਖੜਾ। ਇਹ ਗੇਟ ਜਾਂ ਗਲੀਆਂ ਨਾਲੀਆਂ ਵਿਕਾਸ ਨਹੀਂ ਕਹਿੰਦੇ, ਵਿਕਾਸ ਇਹ ਆ ਵੀ ਹੈਲਥ ਸਾਡੀ ਉੱਪਰ ਉੱਠਣੀ ਚਾਹੀਦੀ ਹੈ, ਐਜੂਕੇਸ਼ਨ। ਅੱਛਾ ਮਾਤਾ ਜੀ, ਬੱਚਿਆਂ ਨੂੰ ਰੁਜ਼ਗਾਰ ਕਿੰਨਾ ਮਿਲਿਆ? ਹਾਲਾਂਕਿ ਕਾਂਗਰਸ ਕਹਿੰਦੀ ਹੈ ਵੀ ਘਰ ਘਰ ਰੁਜ਼ਗਾਰ ਵੰਡਿਆ। ਸਾਡੇ ਵੀਰ ਜੀ, ਕਿਸੇ ਵੀ ਵੀਰ ਨੂੰ, ਨੌਜਵਾਨ ਨੂੰ ਨੌਕਰੀ ਨਹੀਂ ਮਿਲੀ। ਇਹ ਸਰਕਾਰਾਂ ਨੇ ਸਾਡੇ ਬੱਚੇ ਨਸ਼ੇ ਪੱਤਿਆਂ 'ਤੇ ਲਾ ਕੇ ਸਾਡੀਆਂ ਨੌਜਵਾਨੀਆਂ ਨੂੰ ਖਤਮ ਕਰਤਾ। ਅੱਜ ਪੁੱਛ ਕੇ ਦੇਖੋ, ਜਿਨ੍ਹਾਂ ਦੇ ਮਾਵਾਂ ਦੇ ਪੁੱਤ ਵਿਛੜ ਗਏ। ਇਹ ਸਰਕਾਰਾਂ ਨੇ ਸਾਡੇ ਲਈ ਕੁਛ ਨਹੀਂ ਕੀਤਾ, ਨਾ ਅਸੀਂ ਇਹਨਾਂ ਦੀ ਆਸ ਰੱਖੀ ਹੈ, ਅਸੀਂ ਆਸ ਰੱਖੀ ਹੈ ਪਰਮਾਤਮਾ 'ਤੇ। ਸਾਡੇ ਹੁਣ ਵੀਰ ਨੌਜਵਾਨ ਜਿਹੜੇ 700 ਸ਼ਹੀਦ ਸਿੰਘ ਉੱਥੇ ਸ਼ਹੀਦ ਹੋਏ ਨੇ, ਉਹਨਾਂ ਦੇ ਕਾਤਲਾਂ ਨੂੰ ਸਰੇਆਮ ਜ਼ਮਾਨਤਾਂ 'ਤੇ ਛੱਡਿਆ ਜਾ ਰਿਹਾ ਹੈ। ਸਾਡੇ ਬਾਰੇ ਕੁਛ ਨਹੀਂ ਸੋਚਦੀ ਸਰਕਾਰ, ਸਾਨੂੰ ਨਾ ਉਤਲੀ ਸਰਕਾਰ ਦੀ ਆਸ ਹੈ, ਨਾ ਸਾਨੂੰ ਉਰੇ ਵਾਲੀ ਸਰਕਾਰ ਦੀ ਆਸ ਹੈ। ਇਹ ਆਪਦੇ ਢਿੱਡ ਪਾਲਣ ਵਾਲੇ ਨੇ, ਸਾਡੇ ਗਰੀਬਾਂ ਬਾਰੇ ਕੋਈ ਨਹੀਂ ਕੁਛ ਸੋਚਦਾ, ਨਾ ਅਸੀਂ ਸਰਕਾਰਾਂ ਦੀ ਆਸ ਕਰੀਏ, ਨਾ ਸਾਨੂੰ ਆਸ ਹੈਗੀ। ਵਾਈ ਜੀ, ਅਸਲ ਮੁੱਦੇ ਜਿਹੜੇ ਸਾਰੇ ਪੰਜਾਬ ਦੇ ਨੇ ਨਾ, ਸਾਰੇ ਭਾਰਤ ਦੇ ਨੇ, ਉਹ ਕੀ ਨੇ? ਸਾਡੀ ਜਵਾਨੀ, ਕੁੜੀਆਂ ਅਤੇ ਮੁੰਡੇ ਬਾਹਰ ਜਾ ਰਹੇ ਨੇ, ਜਿਨ੍ਹਾਂ ਵਾਸਤੇ ਇਹ ਗੌਰਮੈਂਟ ਗੰਦੀਆਂ ਸਾਰੀਆਂ ਪਾਲਟੀਆਂ, ਇੱਕ ਨਹੀਂ ਸਾਰੀਆਂ, ਕੋਈ ਰੁਜ਼ਗਾਰ ਦਾ ਮੌਕਾ ਨਹੀਂ ਪੈਦਾ ਕਰਦੀਆਂ, ਕੋਈ ਬੱਚਿਆਂ ਵਾਸਤੇ ਸੋਚਦੀਆਂ, ਸਾਡਾ ਅਸਲੀ ਧਨ ਬਾਹਰ ਜਾ ਰਿਹਾ, ਘਰਾਂ ਦੇ ਘਰ ਖਾਲੀ ਹੋ ਰਹੇ ਨੇ। ਅਸੀਂ ਇਹਨਾਂ ਸਾਰੀਆਂ ਨੂੰ ਕੈਂਸਲ ਕਰਕੇ ਹੀ ਕਹਿੰਦੇ ਹਾਂ, ਇੱਕ ਝੰਡੇ ਥੱਲੇ ਹੋ ਕੇ
ਸਾਰੇ ਕਿਸਾਨੀ ਦੇ ਵਿੱਚ ਆਓ, ਮਜ਼ਦੂਰ ਵਿੱਚ ਆਓ। ਅਸੀਂ ਇਹ ਡੰਡੇ ਦੇ ਨਾਲ ਇਹਨਾਂ ਸਾਰੇ ਪਾਰਟੀਆਂ ਨੂੰ ਖਾਰਜ ਕਰਕੇ ਇੱਕ ਵਿਉਂਤਬੰਦੀ ਬਣਾ ਕੇ ਇਹਨਾਂ ਤੋਂ ਕੰਮ ਲਈਏ। ਠੀਕ ਆ, ਕਿਸਾਨ ਅਤੇ ਮਜ਼ਦੂਰ ਇਸ ਦੇਸ਼ ਦਾ ਸਭ ਤੋਂ ਵੱਡਾ ਧੁਰ ਹੈ। ਕਿੰਨੀ ਮਜ਼ਦੂਰਾਂ ਦੀ ਸੁਣੀ ਜਾ ਰਹੀ ਹੈ, ਜੇਕਰ ਨਰੇਗਾ ਤੁਸੀਂ ਗੱਲ ਕਰਦੇ ਹੋ, ਕਿੰਨਾ ਕੰਮ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ, ਚਾਹੇ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ ਨੇ ਤੁਹਾਡੇ ਲਈ ਐਫਰਟ ਕੀਤੇ ਹੋਣ? ਨਾ ਜੀ, ਸਾਡੀ ਕੋਈ ਸਰਕਾਰ ਸੁਣਦੀ ਨਹੀਂ ਜੀ। ਅਸੀਂ ਨੇ ਇੱਕੋ ਹੀ ਇਹਨਾਂ ਨੂੰ ਕੰਮ ਮੰਗਿਆ ਸੀਗਾ ਵੀ ਅਰਜ਼ੀ ਲਿਖ ਕੇ ਸਾਨੂੰ ਕੰਮ ਦੇਣਾ ਚਾਹੀਦਾ ਅਤੇ ਸਾਨੂੰ ਨਿਯੁਕਤੀ ਪੱਤਰ ਦੇ ਕੇ ਕੰਮ ਲਾਉਣਾ ਚਾਹੀਦਾ। ਠੀਕ ਹੈ। ਅੱਛਾ, ਇਸ ਵਾਰ ਇਲੈਕਸ਼ਨ ਦੇ ਵਿੱਚ ਪੋਲਿੰਗ ਬੜੀ ਘੱਟ ਹੋਈ ਹੈ, ਕੀ ਕਾਰਨ ਮੰਨਦੇ ਹੋ ਵੀ ਇਲੈਕਸ਼ਨ ਦੇ ਵਿੱਚ ਪੋਲਿੰਗ ਇਸ ਸਾਲ ਘੱਟ ਹੋਈ ਹੈ ਮੁਕਾਬਲੇ 2017 ਦੇ ਵਿੱਚ? 70% ਸੀਗੀ 17 ਦੇ ਵਿੱਚ, ਇਸ ਵਾਰ ਘੱਟ ਕੇ 70% ਰਹਿ ਗਈ। ਕਿਉਂਕਿ ਲੋਕਾਂ ਦਾ ਭਰੋਸਾ ਸਰਕਾਰਾਂ ਤੋਂ ਉੱਠ ਚੁੱਕਿਆ। ਹਰ ਇੱਕ ਸਰਕਾਰ ਵਾਅਦੇ ਕਰ ਲੈਂਦੀ ਆ, ਉਹਨੂੰ ਪੂਰਾ ਨਹੀਂ ਕਰਦੀ। ਇਸ ਕਰਕੇ ਜਿਹੜੇ ਲੋਕ ਜਾਣੂ ਨੇ ਇਹਨਾਂ ਗੱਲਾਂ ਤੋਂ, ਉਹ ਵੋਟ ਪਾਉਣ ਗਏ ਹੀ ਨਹੀਂ ਹੈਗੇ, ਪੋਲਿੰਗ 'ਤੇ ਪਹੁੰਚੇ ਹੀ ਨਹੀਂ ਹੈਗੇ। ਕਿਉਂ ਜੇ ਸਰਕਾਰਾਂ ਆਪਦੇ ਕੀਤੇ ਵਾਅਦੇ ਪੂਰੇ ਕਰਨ ਤਾਂ ਲੋਕਾਂ ਦਾ ਵਿਸ਼ਵਾਸ ਵਧੇ, ਪਰ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਾ ਇਹਨਾਂ ਸਰਕਾਰਾਂ ਤੋਂ, ਵਾਅਦਿਆਂ ਤੋਂ ਮੁੱਕ ਰਹੀਆਂ ਸਰਕਾਰਾਂ ਨੇ। ਵਾਅਦਿਆਂ ਤੋਂ ਮੁੱਕ ਰਹੀਆਂ। ਜੇਕਰ ਪਿਛਲੀ ਸਰਕਾਰ ਨੂੰ ਤੁਸੀਂ ਆਪਣੇ ਹਲਕੇ ਦੇ ਵਿੱਚੋਂ ਨੰਬਰ ਦੇਣਾ ਚਾਹੁੰਦੇ ਹੋ ਤਾਂ ਕਿੰਨੇ ਨੰਬਰ ਦਿਓਗੇ? ਉਹ ਤਾਂ ਜੀ ਗੱਲ ਹੋਰ ਆ, 70 ਸਾਲ ਤੋਂ ਦੁਨੀਆ ਭੁਲੇਖੇ ਜਾ ਵੀ ਸ਼ਾਇਦ ਰਾਜਨੀਤਿਕ ਲੋਕ ਸਾਡਾ ਭਲਾ ਕਰਨਗੇ, ਨਾ ਹੋਇਆ ਅਤੇ ਨਾ ਕਰਨਗੇ। ਰੁਜ਼ਗਾਰ ਕਿਹਨੂੰ ਕਿਹਨੂੰ ਮਿਲਿਆ ਤੁਹਾਡੇ 'ਚੋਂ? ਰੁਜ਼ਗਾਰ ਉਹ ਤਾਂ ਗੱਲ ਰੁਜ਼ਗਾਰ ਦੀ ਰਹਿ, ਪਰ ਜਿਹੜੇ ਰਾਜ ਸੀ ਲੋਕਾਂ ਨੇ ਫੁੱਟ ਪਾ ਕੇ ਸਾਡੇ ਦੇ ਵਿਛੜ ਨੁਕਸਾਨ ਕਰਿਆ ਨਾ, ਉਹ ਬਹੁਤ ਸਮੇਂ ਤੋਂ ਚੱਲਦਾ। ਥੋੜ੍ਹੇ ਸਾਲ ਪਹਿਲਾਂ ਨਾ ਸਾਡੇ ਆਲੂ ਰੁਲ ਗਿਆ ਸੀ ਉਰੇ, ਸਾਡੇ ਆਲੂ ਮੰਦਾ ਸੀ, ਪਿਆਜ਼ ਸਾਡੇ 80 ਰੁਪਏ ਕਿਲੋ ਸੀ। ਪਾਕਿਸਤਾਨ ਦੇ ਵਿੱਚ ਆਲੂ 80 ਰੁਪਏ ਕਿਲੋ ਸੀ, ਪਿਆਜ਼ ਰੁਲ ਗਿਆ ਸੀ। ਜਿਹੜੀ ਇਹ ਰਾਜਨੀਤੀ ਲੋਕਾਂ ਨੇ ਵੰਡ ਪਾਈ ਆ ਨਾ, ਇਹ ਸਾਰਾ ਨੁਕਸਾਨ ਸਾਨੂੰ ਝੱਲਣਾ ਪੈ ਰਿਹਾ। ਮਹਾਰਾਸ਼ਟਰ ਚਲੇ ਜਾਓ, ਅਨਾਰ ਕੇਲਾ ਕਿੰਨਾ ਸਸਤਾ, ਸਾਡੇ ਮਹਿੰਗਾ ਉਰੇ। ਕਿਉਂ ਮਹਿੰਗਾ? ਟਰਾਂਸਪੋਰਟ, ਇਹ ਰਾਜਨੀਤੀ ਲੋਕਾਂ ਨੇ ਫੁੱਟ ਪਾਈ ਆ। ਇਹਨਾਂ ਨੇ ਮੁੱਦੇ ਬਣਾ ਰੱਖੇ ਨੇ, ਪੰਜਾਬ ਹਰਿਆਣਾ ਸਾਨੂੰ ਵੰਡੀ ਜਾਂਦੇ ਨੇ, ਵੰਡ ਵੰਡ ਕੇ ਸਾਤੋਂ ਵੋਟਾਂ ਲਈ ਜਾਂਦੇ ਨੇ। ਫਿਰ ਇਹ ਕਹਿੰਦੇ ਨੇ ਅਸੀਂ ਨਾ ਕੰਮ ਕਰਿਆ, ਇੰਨਾ ਕੰਮ ਕਰਿਆ, ਐਂ ਕਿੰਨੇ ਆਉਂਦੇ ਨੇ, ਸਾਰਾ ਕੁਛ ਕਿੰਨੇ ਆਉਂਦੇ ਨੇ। ਪਰ ਕਿਹੜੀ ਚੀਜ਼ ਆ ਜਿਹਦੇ ਟੈਕਸ ਨਹੀਂ ਭਰਦੇ? ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਇਹੋ ਜਿਹੀ ਚੀਜ਼ ਗੰਢਾ ਦੀ ਟੈਕਸ ਨਹੀਂ ਭਰਦੇ, ਸਾਡਾ ਪੈਸਾ। ਫਿਰ ਇਹ ਕਹਿੰਦੇ ਅਸੀਂ ਉਹਨੂੰ ਕਰਜ਼ਾ ਮੁਕਤ ਕਰ ਦਾਂਗੇ। ਸਰਕਾਰ ਖੁਦ ਹੀ ਕਰਜ਼ਾ ਮੁਕਤ ਹੋ ਜਾਵੇ, ਸਰਕਾਰ ਖੁਦ ਹੀ ਇੰਨਾ ਹੋਆ, ਇੰਨੇ ਕੰਮ ਗਣਾਉਂਦੀ ਆ ਇਹ ਅੰਗਰੇਜ਼ੀ ਸਾਡੇ ਕਿੰਨਾ ਕੁਛ ਬਣਾ ਕੇ, ਅੰਗਰੇਜ਼ ਲਾਈਨਾਂ ਵਸਾ ਕੇ, ਨਾਲੇ ਵਸਾ ਕੇ, ਫਿਰ ਤੁਸੀਂ ਉਹਨਾਂ ਨੂੰ ਬੁਲਾ ਲੈਂਦੇ ਆ। ਅੱਛਾ, ਤੁਸੀਂ ਕੀ ਕਰਦੇ ਹੋ? ਖੇਤੀਬਾੜੀ ਕਰਦੇ ਹਾਂ ਵੀ। ਕਿੰਨਾ ਪੜ੍ਹੇ ਹੋ? ਮੈਂ +2 ਜੀ। ਉਹਦੇ ਬਾਅਦ ਕੋਈ ਨੌਕਰੀ ਦੇ ਲਈ ਟਰਾਈ ਕੀਤਾ ਜਾਂ ਅੱਗੇ ਐਜੂਕੇਸ਼ਨ ਦੇ ਲਈ? ਨਹੀਂ ਨਹੀਂ, ਫ੍ਰੀ ਹਾਂ ਜੀ, ਖੇਤੀਬਾੜੀ ਕਰਦੇ ਹਾਂ ਜੀ। ਅੱਛਾ, ਖੇਤੀਬਾੜੀ ਦੇ ਲਈ ਹੈ, ਕਿਸਾਨ ਕਾਫੀ ਨੇ, ਪਰ ਜਦੋਂ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਤੁਸੀਂ ਵੀ ਰੁਜ਼ਗਾਰ ਦੀ ਗੱਲ ਕੀਤੀ ਸੀਗੀ, ਹੁਣ ਵੀ ਕਰ ਰਹੇ ਹੋ, ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਦੇ ਲਈ ਤੁਹਾਡੇ ਕੋਲ ਕੀ ਹੋਵੇਗਾ, ਰੁਜ਼ਗਾਰ ਤੋਂ ਇਲਾਵਾ ਜਾਂ ਰੁਜ਼ਗਾਰ ਦੇ ਨਾਲ ਹੀ? ਨਹੀਂ ਸਰ, ਰੁਜ਼ਗਾਰ ਦੇ ਵਾਸਤੇ ਬਾਦਲ ਸਾਹਿਬ ਨੇ ਬਹੁਤ ਵੱਡੇ ਵਧੀਆ ਆਪਣੀਆਂ ਪਲਾਨਿੰਗਸ ਬਣਾਈਆਂ ਨੇ, ਉਹਨਾਂ ਨੇ ਦੱਸਿਆ ਵੀ ਹੈ, ਤੁਹਾਡੇ ਚੈਨਲਾਂ ਦੇ ਉੱਤੇ ਵੀ ਆਈਆਂ ਨੇ ਸਾਰਾ ਉਹਨਾਂ ਨੇ ਆਪਣਾ ਜੋ ਚੋਣ ਮੈਨੀਫੈਸਟੋ ਉਹਦੇ ਵਿੱਚ ਦੱਸਿਆ ਕਿ ਅਸੀਂ 1 ਲੱਖ ਨੌਕਰੀ ਦੇਣੀ ਹੈ ਅਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ, ਔਰ ਜੋ 50% ਮਹਿਲਾਵਾਂ ਵਾਸਤੇ ਉਹਨਾਂ ਨੇ ਰੱਖਿਆ ਕਿ ਰਾਖਵਾਂ ਕਰਨ ਦੇਣਾ, ਔਰ ਮੇਨ ਗੱਲ ਹੈ ਜੋ ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਜੋ ਬੱਚੇ ਪੜ੍ਹਦੇ ਨੇ, ਜੋ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ, ਉਹਨਾਂ ਨੂੰ ਵੀ ਕਾਲਜਾਂ ਦੇ ਵਿੱਚ ਜਾਂ ਅੱਗੇ ਨੌਕਰੀਆਂ ਦੇ ਵਿੱਚ ਜ਼ਰੂਰ ਵੱਧ ਤੋਂ ਵੱਧ ਸਹਿਯੋਗ। ਅੱਛਾ, ਇਸ ਪਿੰਡ ਦੇ ਤੁਸੀਂ ਨੌਜਵਾਨ ਹੋ, ਕਿੰਨਾ ਰੁਜ਼ਗਾਰ ਮਿਲਿਆ ਤੁਹਾਡੇ ਇਸ ਪਿੰਡ ਦੇ ਜਾਂ ਪੂਰੇ ਹਲਕੇ ਦੀ ਜਦੋਂ ਆਪਾਂ ਗੱਲ ਕਰਦੇ? ਜਿਹੜਾ ਰੁਜ਼ਗਾਰ ਆ ਜੀ, ਰੁਜ਼ਗਾਰ ਤਾਂ ਸਰਕਾਰਾਂ ਨੇ ਸਿਰਫ ਵੋਟਾਂ ਲੈਣ ਵਾਸਤੇ ਇੱਕ ਐਲਾਨ ਕਰਨੇ ਹੁੰਦੇ ਨੇਗੇ, ਕੋਈ ਕਿਸੇ ਨੂੰ ਰੁਜ਼ਗਾਰ ਨਹੀਂ ਮਿਲਿਆ। ਰਹੀ ਗੱਲ ਮਜ਼ਦੂਰਾਂ ਦੀ, ਮਜ਼ਦੂਰਾਂ ਦੀ ਗੱਲ ਕੌਣ ਕਰ ਰਿਹਾ, ਕਿਸੇ ਨੇ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ ਹੈਗੀ। ਕੀ ਸਮੱਸਿਆਵਾਂ ਕੀ ਨੇ ਮਜ਼ਦੂਰਾਂ ਦੀਆਂ, ਤੁਸੀਂ ਦੱਸੋ, ਕੈਮਰੇ ਤੁਸੀਂ ਚੱਲ ਰਹੇ ਹੋ ਸਾਂਝਾ 'ਤੇ ਲਾਈਵ ਹੋ? ਮਜ਼ਦੂਰਾਂ ਦੀਆਂ ਸਮੱਸਿਆਵਾਂ ਨੇ ਜੀ, ਹੁਣ ਜਿਵੇਂ ਨਜੂਰ ਸਾਈਡ ਦੀਆਂ ਜ਼ਮੀਨਾਂ ਨੇ ਸਾਡੀਆਂ ਜੀ, ਉਸ ਨੂੰ ਪੱਕੇ ਤੌਰ 'ਤੇ ਦਿੱਤੀਆਂ ਜਾਣ ਜੀ, ਅਤੇ ਜਿਵੇਂ ਹੁਣ ਸੀਲਿੰਗ ਐਕਟ ਦੀ ਗੱਲ ਕਰਦੀ ਆ, ਭਾਰਤੀ ਕਿਸਾਨ ਯੂਨੀਅਨ ਏਕਤਾ ਪ੍ਰੋਗਰਾਮ ਵੀ ਚੀਜ਼ ਦੀ ਗੱਲ ਕਰਦੀ ਆ, ਜਿਹੜੀ ਸੀਲਿੰਗ ਐਕਟ ਉਹ ਲਾਗੂ ਕੀਤਾ ਜਾਵੇ। ਬਹੁਤ ਸਮੱਸਿਆਵਾਂ ਨੇ ਜੀ ਗੱਲ ਰਹੀ ਰੁਜ਼ਗਾਰ ਦੀ, ਰੁਜ਼ਗਾਰ ਤਾਂ ਸਿਰਫ ਜੀ ਸਰਕਾਰਾਂ ਕੋਲ ਸਿਰਫ ਇਹੀ ਆ ਵੀ ਅਸੀਂ ਵੋਟਾਂ ਲੈਣੀਆਂ ਨੇਗੀਆਂ। ਹੁਣ ਇਸ ਵਾਰ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਵੋਟਾਂ ਬਹੁਤ ਘੱਟ ਭੁਗਤੀਆਂ ਨੇ, ਹੁਣ ਲੋਕਾਂ ਦਾ ਵਿਸ਼ਵਾਸ ਉੱਠ ਰਿਹਾ। ਮੈਂ ਖੁਦ ਕਿਸੇ ਪਿਛਲੀ ਸਰਕਾਰ ਨੂੰ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਕਾਂਗਰਸ ਦੇ ਕੰਮ ਕੀਤੇ? ਸਰਕਾਰ ਨੂੰ ਨੰਬਰ ਦੇਣਾ, ਜੀਰੋ ਸਰਕਾਰ ਆ ਸਰ ਜੀ, ਉਹ ਜਿਹੜੀ ਕਾਂਗਰਸ ਸਰਕਾਰ ਆ, ਬਿਲਕੁਲ ਜੀਰੋ। ਇਲੈਕਸ਼ਨ ਤੋਂ ਬਾਅਦ ਕੀ ਬਦਲਾਅ ਮਹਿਸੂਸ ਕਰਦੇ ਹੋ ਵੀ ਕੀ ਬਦਲੇਗਾ ਪੰਜਾਬ 'ਚ? ਬਦਲਾਅ ਦੇ ਵਿੱਚ ਤਾਂ ਲੋਕਾਂ ਨੇ ਕਹੂਆ ਬਣਾਇਆ ਪਿਆ ਵੀ ਕੋਈ ਨਵੀਂ ਪਾਰਟੀ ਆਊਗੀ ਜੀ, ਉਹ ਵੀ ਦੇਖਾਂਗੇ ਜਦੋਂ ਆਊਗੀ, ਦੇਖਾਂਗੇ ਸੋਚਾਂਗੇ ਉਹਦੇ ਬਾਰੇ ਵੀ ਕੀ ਆ ਕੀ ਨਹੀਂ। ਅਸੀਂ ਇਹਨਾਂ ਤੋਂ ਪਰੇ ਹਾਂ ਜੀ, ਜਿਹੜੇ ਆਪਣੇ ਪੋਲੀਟੀਕਲ ਪਾਰਟੀਆਂ ਨੇਗੀਆਂ, ਅਸੀਂ ਕੋਈ ਵੀ ਜਥੇਬੰਦੀ ਨੂੰ ਸਪੋਰਟ ਕਰਦੇ ਹਾਂ, ਜਿਹੜੀ ਉਹ ਵੀ ਜਥੇਬੰਦੀ ਜਿਹੜੀ ਆਪਣੇ ਇਲੈਕਸ਼ਨ ਤੋਂ ਬਾਹਰ ਆ, ਜਿਹੜੀ ਜੀ ਕਿਸੇ ਨੂੰ ਸਪੋਰਟ ਨਹੀਂ ਕਰਦੀ। ਅੱਛਾ, ਜੇਕਰ ਇਸ ਹਲਕੇ ਦੇ ਮੁੱਦਿਆਂ ਦੀ ਗੱਲ ਕਰੀਏ, ਤੁਸੀਂ ਕਾਫੀ ਲੰਬਾ ਸਮਾਂ ਹੰਢਾਇਆ ਹੈ
ਮੈਂ ਤਾਂ ਸਾਰੀਆਂ ਸਰਕਾਰਾਂ ਨੂੰ ਅੱਜ ਤੱਕ ਰੱਦ ਕਰ ਸਕਿਆ, ਮੈਂ ਨੋਟੇ ਨੂੰ ਵੋਟ ਪਾਉਣਾ, ਮੈਨੂੰ ਇਹਨਾਂ ਵਿੱਚੋਂ ਕੋਈ ਵੀ ਮੈਂਬਰ ਪਸੰਦ ਨਹੀਂ ਹੈਗਾ। ਉਹਦੇ ਕਿਉਂ ਤੁਸੀਂ ਵੀ ਤੁਹਾਡੇ ਲਈ ਕਿਸਾਨਾਂ ਦੇ ਲਈ ਹੋਣਾ ਕੀ ਚਾਹੀਦਾ? ਇਹ ਪੋਲੀਟੀਕਲ ਪਾਰਟੀਆਂ ਤੁਹਾਡੇ ਸਾਹਮਣੇ ਨੇ, ਇਹਨਾਂ ਤੋਂ ਇਹਨਾਂ ਨੂੰ ਦੱਸੋ ਵੀ ਹੋਣਾ ਕੀ ਚਾਹੀਦਾ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਜਿਹੜੀ ਖੇਤੀ ਹੈ ਪਹਿਲੇ ਆਧਾਰ 'ਤੇ ਹੋਵੇ, ਇਹਨਾਂ ਨੂੰ ਜਿਹੜੀ ਕੁਦਰਤੀ ਖੇਤੀ ਆ ਉਹਨੂੰ 50% ਬਜਟ 'ਚ ਹਿੱਸਾ ਰੱਖਿਆ ਜਾਵੇ, ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਬਿਮਾਰੀਆਂ ਤੋਂ ਬਚ ਸਕੇ। ਅੱਜ ਤਾਂ ਸਾਨੂੰ ਹਰੀ ਕ੍ਰਾਂਤੀ ਦੇ ਵਿੱਚੋਂ ਅਨੇਕਾਂ ਬਿਮਾਰੀਆਂ ਦਿੱਤੀਆਂ ਨੇ, ਕਿਸੇ ਦੇ ਗੋਡੇ ਖੜ ਗਏ, ਕਿਸੇ ਦੇ ਹਾਰਟ ਅਟੈਕ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਉਂਕਿ ਅਸੀਂ ਕੈਮੀਕਲ ਦੀ ਇੰਨੀ ਵਰਤੋਂ ਕਰਦੇ ਹਾਂ ਜਿਹੜੀ ਕਰਕੇ ਹਰੇਕ ਬੰਦੇ ਨੂੰ ਬਿਮਾਰੀ ਨਾਲ ਘੇਰ ਲਿਆ। ਅਤੇ ਹੁਣ ਜੇ ਕੁਦਰਤੀ ਖੇਤੀ ਕਰਦੇ ਤਾਂ ਅਸੀਂ ਤਾਂ ਅਸੀਂ 70 ਸਾਲ ਦਾ ਮੈਂ ਪੀੜ ਲੰਘਾਇਆ ਹੈ, ਅਤੇ ਮੈਂ ਕੋਈ ਨਹੀਂ ਦੇਖਦਾ ਸੀ ਵੀ ਕੋਈ ਬੁੜਾ ਗੋਡਿਆਂ ਤੋਂ ਰਹਿੰਦਾ ਜਾਂ ਕਿਸੇ ਨੂੰ ਅਟੈਕ ਹੁੰਦਾ। ਜਿੱਦੇ ਤੋਂ 1980 'ਚ ਮੈਂ ਖੇਤੀ ਲੱਗਿਆ ਕਰਨ, ਉਦੋਂ ਬਾਅਦ ਇਹ ਕਾਰਪੋਰੇਟ ਵਾਲਿਆਂ ਨੇ ਦਵਾਈਆਂ ਖਾਦਾਂ ਕੀੜੇ ਮਾਰਵਾਈਆਂ ਸਾਰੀਆਂ ਇਹਨਾਂ ਨੇ ਖੇਤੀ 'ਚ ਵਰਤੀਆਂ ਨੇ। ਜਿਹੜਾ ਇਹ ਕੈਮੀਕਲ ਸੀ, ਇਹ 1932 ਦੀ ਲੜਾਈ ਦੇ ਵਿੱਚ ਜਿੰਨਾ ਕੈਮੀਕਲ ਬਚਿਆ ਸੀ ਲੜਾਈ ਵਾਸਤੇ ਉਦੋਂ ਦੂਜੀ ਜੰਗ 'ਚ, ਉਹ ਸਾਰਾ ਇਹਨਾਂ ਨੇ ਕੈਮੀਕਲ ਵਰਤ ਕੇ ਸਾਡੇ ਉੱਤੇ ਥੋਪਤਾ। ਠੀਕ ਹੈ, ਠੀਕ ਹੈ। ਅੱਛਾ, ਜੇਕਰ ਇਸ ਹਲਕੇ ਦੀਆਂ ਸਮੱਸਿਆਵਾਂ ਦੀ ਗੱਲ ਕਰੀਏ ਜਾਂ ਫਿਰ ਤੁਹਾਡੇ ਇਹਨਾਂ ਸਿਆਸਤ ਨੂੰ ਸਿਆਸੀ ਪਾਰਟੀਆਂ ਨੂੰ ਸਵਾਲ ਕੀ ਨੇ? ਸਿਆਸੀ ਪਾਰਟੀਆਂ ਨੂੰ ਸਵਾਲ ਇਹੀ ਨੇ ਜੀ, ਮੈਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਪੁੱਛਣਾ ਚਾਹੁੰਦਾ ਵੀ ਆਪਣਾ ਖੇਤੀਬਾੜੀ ਪ੍ਰਧਾਨ ਸੂਬਾ, ਇਹਦੇ ਵਿੱਚ ਇਹ ਦੱਸਣ ਵੀ BSC ਐਗਰੀਕਲਚਰ ਦੇ ਇਹਨਾਂ ਨੇ ਕਿੰਨੇ ਕਾਲਜ ਸਥਾਪਿਤ ਕੀਤੇ ਨੇ, ਜਿੰਨੇ ਵੀ ਸਾਡੇ ਅਸੀਂ ਮੰਨ ਲਓ ਫਸਲ ਦਿਖਾਉਣੀ ਹੁੰਦੀ ਆ ਸਾਰੇ UP ਤੋਂ BSC ਵਾਲੇ ਆਉਂਦੇ ਨੇ, ਸਾਡੇ ਪੰਜਾਬ ਦਾ ਇੱਕ ਵੀ BSC ਐਗਰੀਕਲਚਰ ਨਹੀਂ ਹੈਗੇ। ਅੱਛਾ, ਐਜੂਕੇਸ਼ਨ ਨੂੰ ਲੈ ਕੇ ਸਵਾਲ ਕੀਤਾ ਹੈ, ਖਾਸ ਕਰਕੇ ਖੇਤੀ ਬੇਸ ਇੰਡਸਟਰੀ ਅਤੇ ਯੂਨੀਵਰਸਿਟੀ ਦੀ ਮੰਗ ਕੀਤੀ ਹੈ, ਕਿੰਨੀ ਅਕਾਲੀ ਦਲ ਨੇ ਦਿੱਤੀਆਂ ਪੰਜਾਬ ਨੂੰ? ਦੇਖੋ ਵੀਰ ਜੀ, ਪਹਿਲਾਂ ਦਿੱਤੀਆਂ ਨੇ ਬਹੁਤ, ਠੀਕ ਹੈ ਜੀ, ਜਿਹੜੀ ਸਾਡੀ ਪਿਛਲੀ ਸਰਕਾਰ ਰਹੀ ਹੈ, ਜਿੰਨੇ ਸਕੂਲ ਅਪਗ੍ਰੇਡ ਕਰੇ ਵੀਰ ਜੀ, ਠੀਕ ਹੈ ਜੀ, ਉਹ ਕਹਿ ਰਹੇ ਇੱਕ ਯੂਨੀਵਰਸਿਟੀ ਹੈ ਲੁਧਿਆਣੇ 'ਚ ਵਿੱਚ ਸਿਰਫ, ਨਹੀਂ ਵੀਰ ਜੀ, ਜਿਹੜੇ ਪੜ੍ਹਾਈ ਐਜੂਕੇਸ਼ਨ ਆ ਸਕੂਲ ਅਪਗ੍ਰੇਡ ਕਰੇ ਬਾਦਲ ਸਰਕਾਰ ਨੇ ਕੀਤੇ ਨਾ, ਠੀਕ ਹੈ ਜੀ, ਅਤੇ ਬੱਚਿਆਂ ਨੂੰ ਸਾਈਕਲ ਵੰਡੇ, ਬੱਚਿਆਂ ਨੂੰ ਵਜ਼ੀਫੇ ਲਾਏ, ਅਸਿਆ ਆਪਣਾ ਉਹ ਐਗਰੀਕਲਚਰ ਦੀ ਖੇਤੀਬਾੜੀ ਦੇ ਆਧਾਰਿਤ ਯੂਨੀਵਰਸਿਟੀ ਦੀ ਖੇਤੀ, ਦੇਖੋ ਜੀ, ਬਿਜਲੀ ਦੇ ਬਿੱਲ ਮਾਫ਼ ਕੀਤੇ ਮੋਟਰਾਂ ਦੇ, ਠੀਕ ਹੈ ਜੀ, ਮੋਟਰਾਂ ਦੇ ਕਨੈਕਸ਼ਨ। ਅੱਛਾ, ਹੁਣ ਜੀ ਜਿਹੜੀ ਸਰਕਾਰ ਬਣਦੀ ਹੈ, 10 ਰੁਪਏ ਡੀਜ਼ਲ ਸਸਤਾ ਤਾਂ ਸਾਡੀ ਕਿਸਾਨੀ ਲਈ, ਕਿਸਾਨਾਂ ਲਈ ਸਾਡੀ ਸਰਕਾਰ ਦਊਗੀ ਕਿਸਾਨਾਂ ਦੀ। ਦੇਖੋ ਜੀ, ਪਹਿਲਾਂ ਵੀ ਖੇਤੀਬਾੜੀ ਲਈ ਬਾਦਲ ਸਰਕਾਰ ਦੀ ਬਹੁਤ ਵੱਡੀ ਦੇਣ, ਬਿੱਲ ਮਾਫ਼ ਕਰੇ ਸਾਰਿਆਂ ਦੀਆਂ ਮੋਟਰਾਂ ਦੇ, ਅਤੇ ਬਾਕੀ ਹੋਰ ਦੇਖੋ ਜੀ, ਉਦੋਂ ਬਿੱਲਾਂ ਦੇ ਖਿਲਾਫ਼ ਅਸਤੀਫਾ ਦਿੱਤਾ, ਇੱਕ ਬਿੱਲ ਜਿਹੜਾ ਕੇਜਰੀਵਾਲ ਨੇ ਲਾਗੂ ਕਰਤਾ ਸੀ ਦਿੱਲੀ 'ਚ ਕਿਸਾਨੀ ਅੰਦੋਲਨ ਦੇ ਚੱਲਦੇ ਚੱਲਦੇ, ਬਾਅਦ 'ਚ ਫਾਰਮੈਲਿਟੀ ਕਰਨ ਲਈ ਸੰਸਦ ਉੱਥੇ ਜਾ ਕੇ ਪਾੜਤਾ ਜੀ ਉਹਨੇ। ਅੱਛਾ, ਅਕਾਲੀ ਦਲ ਕਹਿੰਦਾ ਕਿਸਾਨਾਂ ਦੇ ਲਈ ਅਸੀਂ ਕੰਮ ਕੀਤੇ ਆ, ਕੇਜਰੀਵਾਲ ਦੇ ਵੱਲੋਂ ਜਿਹੜੇ ਬਿੱਲ ਅਕਾਲੀ ਦਲ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਖੇਤੀ ਕਾਨੂੰਨਾਂ ਦੇ ਵੱਲੋਂ, ਤੁਸੀਂ ਰੱਦ ਕੀਤਾ, ਕਹਿੰਦੇ ਤੁਸੀਂ ਲਾਗੂ ਕੀਤਾ? ਸਭ ਤੋਂ ਪਹਿਲਾਂ ਖੇਤੀ ਇਹ ਅਕਾਲੀ ਦਲ ਸਭ ਤੋਂ ਇਹੀ ਕਹੀ ਗਿਆ, ਬਹੁਤ ਵਧੀਆ ਬਿੱਲ ਨੇ ਜੀ, ਕਿਸਾਨਾਂ ਨੂੰ ਵੀ ਬੜਾ ਮਾੜਾ। ਕਿਸਾਨ ਤੁਹਾਡੇ ਸਾਹਮਣੇ ਨੇ, ਇਹਨਾਂ ਨੂੰ ਦੱਸੋ ਵੀ ਤੁਸੀਂ ਕਰੋਗੇ ਕੀ, ਤੁਹਾਡੀ ਸਰਕਾਰ ਕਰੇਗੀ ਕੀ ਇਹਨਾਂ ਦੇ ਲਈ? ਸਾਡੀ ਸਰਕਾਰ, ਤੁਸੀਂ ਦਿੱਲੀ ਦੇ ਵਿੱਚ ਜਾ ਕੇ ਕਿਸੇ ਵੀ ਕਿਸਾਨ ਨੂੰ ਪੁੱਛੋ, ਜਿਹੜੀ ਆਪਣੀ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਹੀ ਸਭ ਕੁਛ ਦਿੱਤਾ ਜਾ ਰਿਹਾ, ਇੱਥੇ ਵੀ ਸਾਡੀ ਸਰਕਾਰ ਬਣਨ ਜਾ ਰਹੀ 10 ਤਰੀਕ ਨੂੰ, ਕਿਸਾਨ ਅਸੀਂ ਵੀ ਕਿਸਾਨ ਹਾਂ, ਇਹ ਵੀ ਸਾਡੇ ਸਤਿਕਾਰਯੋਗ ਕਿਸਾਨ ਨੇ, ਦਿੱਲੀ ਦੇ ਵਿੱਚ ਜਦ ਕਿਸਾਨ ਸਾਡੇ ਗਏ ਨੇ ਉੱਥੇ, ਅਸੀਂ ਵੀ ਨਾਲ ਸੀ, ਸਭ ਤੋਂ ਵੱਧ ਸਪੋਰਟ ਉੱਥੇ ਅਰਵਿੰਦ ਕੇਜਰੀਵਾਲ ਨੇ ਕੀਤੀ ਹੈ, ਚਾਹੇ ਉਹ ਪਾਣੀ ਦੀ ਹੋਏ, ਚਾਹੇ ਵਾਈਫਾਈ ਦੀ ਹੋਏ, ਚਾਹੇ ਉੱਥੇ ਦਵਾਈ ਦੀ ਹੋਏ, ਚਾਹੇ ਹਰੇਕ, ਅਸੀਂ ਉੱਥੇ ਇਹਨਾਂ ਦਾ ਪੂਰਾ ਸਹਿਯੋਗ ਦਿੱਤਾ, ਆ ਕਿਸਾਨ ਖੜ੍ਹੇ ਨੇ, ਮੰਨਣ ਚਾਹੇ ਨਾ ਮੰਨਣ, ਸਭ ਤੋਂ ਵੱਧ ਜੇ ਸਾਡੇ ਕਿਸਾਨਾਂ ਦਾ ਸਾਥ ਦਿੱਤਾ ਤਾਂ ਉਹ ਆਮ ਪਾਰਟੀ ਸਰਕਾਰ ਨੇ ਦਿੱਤਾ ਜੀ। ਠੀਕ ਹੈ, ਅੱਛਾ ਗੱਲਬਾਤ ਕਰ ਰਹੇ ਹਾਂ, ਪਰ ਸਮੱਸਿਆਵਾਂ ਕੀ ਨੇ? ਹਾਲਾਂਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਕਿਸਾਨਾਂ ਦੀ ਗੱਲ ਕੀਤੀ ਹੈ, ਅਕਾਲੀ ਦਲ ਕਹਿ ਰਿਹਾ ਹੈ, ਕਾਂਗਰਸ ਕਹਿ ਰਹੀ ਹੈ, ਕਿਸਾਨਾਂ ਦੀ ਗੱਲ ਹੋਈ ਹੈ? ਬਾਈ ਜੀ, ਕੋਈ ਸਰਕਾਰ ਇੱਥੇ ਆ ਜਾਵੇ ਜਿਸ ਸੂਬੇ ਦੇ ਉੱਤੇ 5 ਲੱਖ ਕਰੋੜ ਰੁਪਈਏ ਦਾ ਕਰਜ਼ਾ ਹੋਵੇ, ਉਹ ਸੂਬਾ ਕੋਈ ਵੀ ਸਰਕਾਰ ਆ ਜਾਵੇ ਕਿਵੇਂ ਅੱਗੇ ਵੱਧ ਸਕਦਾ? ਸਾਰਿਆਂ ਨਾਲੋਂ ਸੈਂਟਰ ਜਿੰਨਾ ਚਿਰ ਸਾਡੀ ਸਾਨੂੰ ਕਿਸਾਨੀ ਨੂੰ ਖੁਸ਼ਹਾਲ ਨਹੀਂ ਕਰਦਾ, ਉਨਾ ਚਿਰ ਇੱਥੇ ਸੂਬੇ ਦੇ ਵਿੱਚ ਤਰੱਕੀ ਹੋ ਹੀ ਨਹੀਂ ਸਕਦੀ। ਜਦੋਂ ਅੱਜ ਜਿਹੜੇ ਰੇਟ ਬੰਨਣੇ ਨੇ, ਪ੍ਰਧਾਨ ਮੰਤਰੀ ਨੇ ਕਿਹਾ ਮੈਂ 22 ਦੇ ਵਿੱਚ ਮੈਂ ਦੁੱਗਣੀ ਕਰ ਦੂੰਗਾ ਆਮਦਨ, ਤਾਂ ਤੁਹਾਡੇ ਸਾਹਮਣੇ ਕੀ ਦੁੱਗਣੀ ਹੋ ਰਹੀ ਹੈ? ਕੀ ਸੂਬਾ ਕਰੂਗਾ, ਕੀ ਸੂਬੇ ਦਾ ਮੁੱਖ ਮੰਤਰੀ ਕਰੂਗਾ? ਪਹਿਲਾਂ 5 ਲੱਖ ਕਰੋੜ ਰੁਪਈਆ ਕਹਿੰਦੇ, ਡਬਲ ਇੰਜਨ ਦੀ ਸਰਕਾਰ ਜੇ ਬਣੀ ਤਾਂ ਕਿਸਾਨਾਂ ਦੀ ਗੱਲ ਹੋਏਗੀ, ਕਿਸਾਨ ਉਹਨਾਂ ਦੇ ਨਾਲ ਆ, BJP ਕਹਿ ਰਹੀ ਹੈ ਜਿੱਥੇ ਡਬਲ ਇੰਜਨ ਦੀ ਸਰਕਾਰ ਬਣੀ ਹੋਈ ਆ ਉੱਥੇ ਪਤਾ ਕਰ ਲਓ ਪ੍ਰਧਾਨ ਮੰਤਰੀ ਦਾ ਕੀ ਹਾਲ ਆ ਉਹਨਾਂ ਸੂਬਿਆਂ ਦੇ ਵਿੱਚ, ਜਿਹੜਾ ਸੂਬਾ ਖੁਸ਼ਹਾਲ ਕੀਤਾ ਉਹਨਾਂ ਨੇ। ਦਰਅਸਲ ਇਹ BJP ਦਾ ਜਿੰਨਾ ਰੋਲ ਹੈ ਇਹ ਕਿਸਾਨੀ ਨੂੰ ਤਬਾਹ ਕਰਨ 'ਤੇ ਹੈ,
ਤਬਾਹ ਕਰਨ ਤੇ ਤੁਲੀ ਹੋਈ ਆ ਸੈਂਟਰ ਸਰਕਾਰ। ਜਿੰਨਾ ਚਿਰ ਸੈਂਟਰ ਸਰਕਾਰ ਦੀ ਨੀਤ ਸਾਫ਼ ਨਹੀਂ ਹੁੰਦੀ, ਇੱਥੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬੋਲੀਆਂ ਜਾਂਦੀਆਂ ਨੇ ਆਪੋ ਆਪਦੀਆਂ ਪਾਰਟੀਆਂ ਦੇ ਮੁਤਾਬਕ। ਪਾਰਟੀਆਂ ਕੀ ਕਰਨਗੀਆਂ, 500 ਕਰੋੜ ਰੁਪਈਏ ਦਾ ਕਰਜ਼ਾ ਲਾ ਕੇ ਕੌਣ ਅੱਗੇ ਵੱਧ ਸਕਦਾ 5 ਲੱਖ ਕਰੋੜ ਰੁਪਈਏ ਦਾ, ਜਦੋਂ 5 ਲੱਖ ਕਰੋੜ ਰੁਪਈਏ ਦਾ ਕਰਜ਼ਾ ਜਿਹੜੇ ਸੂਬੇ ਦੇ ਸਿਰ ਹੈ ਉਹ ਤਾਂ ਸੂਬਾ ਪਹਿਲਾਂ ਹੀ ਕੰਗਾਲ ਹੈ, ਉੱਥੇ ਤਾਂ CM ਕਰੂਗਾ ਵੀ ਕੀ, ਉਹਦੇ ਹੱਥ ਕੀ ਹੈ CM ਦੇ। ਬਾਈ ਜੀ ਝਾ ਇਹ ਆਪਣੇ ਆਪ ਪਾਰਟੀ ਵਾਲੇ ਕਹਿੰਦੇ ਨੇ ਵੀ ਇਹ ਕੀਤਾ ਉਹ ਕੀਤਾ, ਕਿਸਾਨਾਂ ਲਈ ਕੀ ਕੀਤਾ, ਉਲਟਾ ਕੇਜਰੀਵਾਲ ਬਿਆਨ ਦਿੰਦਾ ਵੀ ਜਿਹੜੇ ਬੰਦੇ ਆਹ ਆਪਣਾ ਜਲਾਉਂਦੇ ਨੇ ਪਰਾਲੀ ਵੀ ਉਹਨਾਂ 'ਤੇ ਪਟੀਸ਼ਨ ਪਾਈ ਹੋਈ ਹੈ ਹਾਈ ਕੋਰਟ 'ਚ ਜੀ, ਇਹ ਕਿਹੜੇ ਮੂੰਹ ਨਾਲ ਕਹਿ ਰਹੇ ਨੇ ਵੀ ਹਾਂ ਕਿਸਾਨਾਂ ਲਈ ਐਂ ਕੀਤਾ ਉਹ ਕੀਤਾ, ਫਿਰ ਉੱਥੇ ਇੱਕ ਕੁੜੀ ਨਾਲ ਦੇਖੋ ਜੀ ਕਿੰਨਾ ਮਾੜਾ ਹੋਇਆ, ਉਹ ਗੱਲ ਆਪਾਂ ਉਰੇ ਸਾਰੇ ਖੜ੍ਹੇ ਨੇ ਬਜ਼ੁਰਗ ਆਪਣੇ ਮਾਤਾਵਾਂ ਵੀ ਖੜੀਆਂ ਨੇ, ਪੰਜਾਬ ਦਾ ਧੂੰਆਂ ਕਹਿੰਦੇ ਸਾਡੇ ਇੱਥੇ ਦਿੱਲੀ 'ਚ ਆਉਂਦਾ ਜੀ, ਅਤੇ ਬਾਕੀ ਹੋਰ ਦੇਖੋ ਕਹਿੰਦੇ 2010 ਮਾਡਲ ਤੋਂ ਜਿਹੜੀਆਂ ਪਹਿਲਾਂ ਗੱਡੀਆਂ ਨੇ ਉਹ ਬੰਦ ਕੀਤੀਆਂ ਜਾਣਗੀਆਂ। ਹੁਣ ਗਰੀਬ ਬੰਦਾ ਕੋਈ 1 ਲੱਖ ਰੁਪਏ ਦੀ ਵੀ ਗੱਡੀ ਲਈ ਫਿਰਦਾ, ਕੋਈ 4 ਮਾਡਲ ਹੈ, ਕੋਈ 5 ਹੈ, ਹੁਣ ਉਹ 5-7 ਲੱਖ ਦੀ ਗੱਡੀ ਕਿੱਥੋਂ ਲੈ ਲੂਗਾ ਜੀ। ਤੁਹਾਡੇ ਉੱਤੇ ਇਲਜ਼ਾਮ ਲਾ ਰਹੇ ਨੇ, ਤੁਸੀਂ ਕਾਫੀ ਦਾਅਵੇ ਠੋਕਦੇ ਹੋ, ਅਕਾਲੀ ਦਲ ਸਵਾਲ ਚੁੱਕ ਰਿਹਾ। ਦੇਖੋ ਜੀ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਇਹ ਅਫਵਾਹ ਹੈ, ਆਮ ਆਦਮੀ ਪਾਰਟੀ ਆਪ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਖੜੀ ਸੀ, ਅੱਗੇ ਨੂੰ ਵੀ ਖੜੀ ਹੈ। ਸਾਡੇ ਕੇਜਰੀਵਾਲ ਸਾਹਿਬ ਨੇ ਕਿਹਾ ਅਸੀਂ ਵਾਅਦੇ ਨਹੀਂ ਕਰਦੇ, ਬਾਕੀ ਪਾਰਟੀਆਂ ਵਾਅਦੇ ਕਰਦੀਆਂ ਨੇ, ਕੇਜਰੀਵਾਲ ਸਾਹਿਬ ਨੇ ਗਰੰਟੀਆਂ ਦਿੰਦੇ। ਵਾਅਦੇ ਅਤੇ ਗਰੰਟੀ ਵਿੱਚ ਫਰਕ ਹੈ। ਅਸੀਂ ਕਿਹਾ ਕਿ ਹਰੇਕ ਪਿੰਡ ਵਿੱਚ ਸਾਡੀ ਸਰਕਾਰ ਆਉਣ 'ਤੇ ਇੱਕ ਖੇਤੀਬਾੜੀ ਡਾਕਟਰ ਬਿਠਾਇਆ ਜਾਊਗਾ, ਜਿਹੜਾ ਕਿਸਾਨਾਂ ਦੀਆਂ ਸਮੱਸਿਆਵਾਂ ਮੌਕੇ 'ਤੇ ਦੇਖ ਕੇ ਕੀ ਉਹਨਾਂ ਨੂੰ ਪ੍ਰੋਬਲਮ ਹੈ, ਕੀ ਖੇਤੀਬਾੜੀ ਦੇ ਵਿੱਚ ਪ੍ਰੋਬਲਮ ਉਹ ਮੌਕੇ 'ਤੇ ਹੱਲ ਕਰਨੀ। ਠੀਕ ਹੈ, ਮੌਕੇ ਦੇ ਉੱਤੇ ਹੱਲ ਕਰਨ ਦਾ ਦਾਅਵਾ ਕਰ ਰਹੇ ਹੋ, ਤੁਹਾਡੇ ਕੋਲ ਕੀ ਹੈ? 111 ਦਿਨ 'ਚ ਜਿਹੜੇ ਚੰਨੀ ਸਰਕਾਰ ਨੇ ਕੰਮ ਕੀਤੇ ਨੇ ਉਹ ਲੋਕਾਂ ਦੇ ਸਾਹਮਣੇ ਨੇ। ਸਾਡੇ ਪਿੰਡ 3 ਕਰੋੜ ਰੁਪਈਆ ਮਾਫ਼ ਹੋ ਗਿਆ ਕਿਸਾਨੀ ਕਰਜ਼ਾ, ਚਲੋ ਸਰਕਾਰਾਂ ਦਾ ਨਹੀਂ ਜ਼ਿਆਦਾ ਹੱਥ। ਹੁਣ ਆਉਣ ਵਾਲੇ ਸਮੇਂ 'ਚ ਕੀ ਹੈ, ਇਹ ਕਿਹਦੀ ਗੱਲ ਕਰੋ, ਉਹ ਬੀਤ ਗਿਆ ਸਮਾਂ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੈਲਥ 'ਤੇ ਬੇਰੁਜ਼ਗਾਰੀ 'ਤੇ ਵੱਧ ਤੋਂ ਵੱਧ ਕੰਮ ਕਰਾਂਗੇ। ਅਸੀਂ ਜਦੋਂ ਰੁਜ਼ਗਾਰ ਦੀ ਗੱਲ ਚੱਲਦੀ ਹੈ, ਸਾਰੀਆਂ ਜਿਹੜੀਆਂ ਧਿਰਾਂ ਖੜੀਆਂ ਕਹਿੰਦੇ ਰੁਜ਼ਗਾਰ ਦੇ ਰਹੇ ਹੋ, ਮਨਰੇਗਾ ਵਾਲਿਆਂ ਨੂੰ ਕਿੰਨਾ ਮਿਲ ਰਿਹਾ ਅਤੇ ਕਿਹੜੀਆਂ ਸੁਵਿਧਾਵਾਂ ਚਾਹੀਦੀਆਂ ਤੁਹਾਨੂੰ? ਮਨਰੇਗਾ ਵਾਲੇ ਨੇ ਕੁਛ ਨਹੀਂ ਦੇ ਰਹੇ, ਜਿਹੜੀਆਂ ਵੀ ਸਰਕਾਰਾਂ ਨੇ ਅੱਜ ਤੱਕ ਦਿੱਤਾ ਨਹੀਂ। 17 ਸਾਲ ਹੋ ਚੱਲੇ ਐਕਟ ਬਣੇ ਨੂੰ ਮਨਰੇਗਾ ਦਾ, ਇਹ ਤਾਂ ਸਾਨੂੰ ਜਿਹੜਾ ਕੰਮ ਕਰ ਰਹੇ ਨੇ ਨਿਯੁਕਤੀ ਪੱਤਰ ਦੇ ਕੇ ਅਰਜ਼ੀ ਦੇ ਰਹੇ ਨੇ ਉਹਨੂੰ ਤਾਂ ਇਹ ਕੰਮ ਨਹੀਂ ਦੇ ਰਹੇ, ਘਰੇ ਬੈਠਿਆਂ ਦੇ ਪੈਸੇ ਪੈ ਰਹੇ ਨੇ। ਇੱਕ ਕਿਹੜੇ ਅਸੀਂ ਇਹ ਸਰਕਾਰਾਂ ਤੋਂ ਕੁਛ ਵੀ ਨਹੀਂ, ਇਹ ਕੀ ਮੰਗ ਕਰਦੇ ਅਸੀਂ ਇਹਨਾਂ ਤੋਂ, ਕੀ ਉਮੀਦ ਰੱਖੀਏ ਇਹਨਾਂ ਤੋਂ ਅਸੀਂ? ਕੋਈ ਉਮੀਦ ਨਹੀਂ ਕਹਿੰਦੇ। ਅੱਛਾ, ਜਦੋਂ ਨੌਜਵਾਨਾਂ ਦੀ ਗੱਲ ਚੱਲਦੀ ਹੈ, ਮਤਲਬ ਸੰਖੇਪ ਦੇ ਵਿੱਚ ਦੱਸੋ ਵੀ ਤੁਹਾਡੇ ਹਲਕੇ ਦੇ ਵਿੱਚ ਨੌਜਵਾਨਾਂ ਨੂੰ ਕਿੰਨਾ ਰੁਜ਼ਗਾਰ ਮਿਲਿਆ, ਕਿਸਾਨਾਂ ਦੀ ਗੱਲ ਕਿੰਨੀ ਹੋਈ ਹੈ 5 ਸਾਲ ਦੇ ਵਿੱਚ? ਸਾਡੇ ਹਲਕੇ 'ਚ ਤਾਂ ਵੀਰ ਜੀ ਪਹਿਲਾਂ ਵੀ ਗੱਲ ਕਰੀ ਹੈ, ਸਾਡੇ ਸਾਰੇ ਪੂਰੇ ਪੰਜਾਬ 'ਚ ਸਾਡੇ ਕਿਸੇ ਵੀ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ। ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੈਪਟਨ ਸਾਹਿਬ ਨੇ ਕਹਿੰਦਾ ਮੈਂ ਘਰ ਘਰ ਨੌਕਰੀ ਦਿਉਂ, ਸਾਡੇ ਇੱਕ ਘਰ 'ਚ ਇੱਕ ਜੀ ਨੂੰ ਨੌਕਰੀ ਨਹੀਂ ਮਿਲੀ। ਕਿੱਥੇ ਵੱਗ ਗਿਆ ਉਹਦਾ ਪੰਜਾਬ, ਕਿੱਥੇ ਵੱਗ ਗਏ ਸਾਡੇ ਨੌਜਵਾਨ, ਕਿਧਰੇ ਦੇਸਾਂ ਵਿਦੇਸਾਂ 'ਚ ਸਾਡੇ ਮਾਵਾਂ ਦੇ ਪੁੱਤ ਮਰਦੇ ਨੇ, ਘਰੋਂ ਬੇਘਰ ਹੋ ਕੇ ਕਿੱਲੀ ਕਿੱਲੀ ਵੇਚ ਕੇ ਦੇਸਾਂ ਪ੍ਰਦੇਸਾਂ 'ਚ ਤੋਰ ਦਿੰਦੇ ਹਾਂ, ਮੁੜ ਕੇ ਮਾਵਾਂ ਮੂੰਹ ਨਹੀਂ ਦੇਖਦੀਆਂ, ਉਦੋਂ ਸਰਕਾਰਾਂ ਕਿੱਥੇ ਹੁੰਦੀਆਂ ਨੇ? ਇਹ ਕੇਜਰੀਵਾਲ ਜਿਹੜਾ ਕਹਿੰਦਾ ਹੈ, ਕਹਿੰਦਾ ਮੈਂ ਕਹਿੰਦਾ ਹੁਣ ਸਾਰਿਆਂ ਨੂੰ ਘਰ ਘਰ ਨੌਕਰੀ ਵੀ ਦਿਉਂ, ਮੈਂ ਘਰ ਘਰ ਦੇ ਮਸਲੇ ਹੱਲ ਕਰੂੰ, ਜਦ ਸਾਡੇ ਪਹਿਲੀਆਂ ਸਰਕਾਰਾਂ ਨੂੰ ਸਾਡਾ ਸਾਰਾ ਪੰਜਾਬ ਦਾ ਭੇਤ ਹੈ, ਹੁਣ ਕਿਉਂ ਕੇਜਰੀਵਾਲ ਨਵਾਂ ਬੰਦਾ ਕੀ ਕਰ ਸਕਦਾ? ਸੋ ਰੁਜ਼ਗਾਰ ਨੂੰ ਲੈ ਕੇ ਕਾਫੀ ਜਿਹੜਾ ਮੁੱਦਾ ਚੁੱਕਿਆ ਗਿਆ, ਗੱਲਬਾਤ ਵਿਧਾਨ ਸਭਾ ਹਲਕਾ ਨਾਭਾ ਦੇ ਵਿੱਚ ਕੀਤੀ ਹੈ, ਰੁਜ਼ਗਾਰ ਜਿਹੜਾ ਸਭ ਤੋਂ ਅਹਿਮ ਮੁੱਦਾ ਰਿਹਾ, ਸਿਹਤ ਸਹੂਲਤਾਂ ਵੀ ਮੰਗੀਆਂ ਨੇ। ਸੋ ਅੱਜ ਦੇ ਲਈ ਬਸ ਇੰਨਾ ਹੀ, ਜਲਦ ਕਿਸੇ ਅਗਲੇ ਹਲਕੇ ਦੇ ਵਿੱਚ ਮਿਲਾਂਗੇ। ਪੰਜਾਬ ਤੇ ਪੰਜਾਬੀਅਤ ਦਾ ਪਰਛਾਵਾਂ, ਪੰਜਾਬੀ ਸਾਡੀਆਂ ਬਾਵਾਂ, ABP ਸਾਂਝਾ। ਹੁਣ ਦੇਖੋ ਆਪਣੇ TV ਸਕਰੀਨ ਤੇ ਟਾਟਾ ਪਲੇ ਚੈਨਲ ਨੰਬਰ 1929 ਤੇ। ABP ਸਾਂਝਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।